ਕੋਈ ਕਹਿੰਦਾ ਉਹ ਦੂਰ ਹੈ ਵਸਦਾ, ਕੋਈ ਕਹਿੰਦਾ ਵਸਦਾ ਨੇੜੇ। ਕੋਈ ਕਹਿੰਦਾ ਉਹ ਦੂਰ ਹੈ ਵਸਦਾ, ਕੋਈ ਕਹਿੰਦਾ ਵਸਦਾ ਨੇੜੇ। ਕੋਈ ਕਹਿੰਦਾ ਪੱਥਰਾਂ ਵਿੱਚ ਵਸਦਾ, ਕੋਈ ਕਹਿੰਦਾ ਵਸਦਾ ਵਿੱਚ ਮੇਰੇ। ਕੋਈ ਕਹਿੰਦਾ ਉਹ ਦਿਨੇ ਹੈ ਮਿਲਦਾ, ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ। ਬੁੱਲੇ ਸ਼ਾਹ ਮੇਰਾ ਯਾਰ ਹੈ ਐਸਾ, ਜਿਹੜਾ ਦਿਸਦਾ ਚਾਰ ਚੁਫੇਰੇ, ਜਿਹੜਾ ਦਿਸਦਾ ਚਾਰ ਚੁਫੇਰੇ। ਮੈਂ ਜੀ ਜਗਤਾਰ ਸਿੰਘ ਜੱਗੀ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲਾਂ ਬਾਤਾਂ ਕਰਾਂਗੇ ਅੱਜ ਵੀ, ਵਿਸ਼ੇ ਦੀਆਂ ਗੱਲਾਂ ਬਾਤਾਂ ਕਰਾਂਗੇ। ਵੈਸੇ ਉਦੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਪੰਜਾਬ ਜਿਹੜਾ ਇੱਕ ਹੁਣ ਜਿਹੜੀਆਂ ਗੇਮਾਂ ਚੱਲ ਰਹੀਆਂ ਉਹਦੇ 'ਚ ਹਰਿਆਣਾ ਨੰਬਰ 1 ਹੈ, ਮਹਾਰਾਸ਼ਟਰ ਨੰਬਰ 2 'ਤੇ ਆ, ਠੀਕ ਹੈ। ਪੰਜਾਬ ਦਾ ਕਿਤੇ ਨਾਮੋ ਨਿਸ਼ਾਨ ਹੈ ਨਹੀਂ ਉਹਨਾਂ ਗੇਮਾਂ ਦੇ ਵਿੱਚ। ਅਤੇ ਵੈਸੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਗੇਮਾਂ ਵੀ ਬੜੀਆਂ ਟੌਪ ਦੀਆਂ ਹੋ ਜਾਣੀਆਂ, ਕਿਉਂਕਿ ਹੁਣ ਖਬਰਾਂ ਜਿਹੜੀਆਂ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਦੇਖ ਰਹੇ ਹਾਂ ਅਖਬਾਰਾਂ ਦੇ ਵਿੱਚ, ਇਹੀ ਹੈ। ਅਕਾਲੀ ਦਲ ਵਾਲੇ ਕਹਿ ਰਹੇ ਨੇ, ਬਾਦਲ ਸਾਹਿਬ ਵੱਡੇ ਛੋਟੇ ਅਤੇ ਬਾਕੀ ਜਿਹੜੇ ਹੈਗੇ ਨੇ, ਕਿ ਢੀਂਡਸਾ ਸਾਹਿਬ ਕਾਂਗਰਸ ਦੇ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ 'ਚ ਖੇਡ ਰਹੇ ਨੇ। ਕਾਂਗਰਸ ਵਾਲੇ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਅਕਾਲੀ ਦਲ ਦੇ ਹੱਥਾਂ 'ਚ ਖੇਡ ਰਹੇ ਨੇ। ਜੇ ਇਸ ਉਮਰ 'ਚ ਸਾਡੇ ਲੀਡਰ ਖੇਡ ਸਕਦੇ ਨੇ, ਚਾਹੇ ਉਹ ਹੱਥਾਂ 'ਚ ਹੀ ਖੇਡਦੇ ਨੇ, ਤਾਂ ਮਤਲਬ ਫਿਰ ਪਲੇਅਰ ਵੀ ਤਾਂ ਸ਼ਾਇਦ ਖੇਡ ਹੀ ਲੈਣਗੇ। ਪਰ ਇਹ ਖੇਡ ਜਿਹੜੀ ਇਹ ਖੇਡਦੇ ਨੇ, ਇਹ ਤਾਂ ਰੱਬ ਕਿਸੇ ਨੂੰ ਨਾ ਖਿਡਾਵੇ, ਪਲੇਅਰਾਂ ਤੱਕ ਤਾਂ ਇਹ ਖੇਡ ਪਹੁੰਚੇ ਹੀ ਨਾ। ਚਲੋ ਖੈਰ, ਆਪਾਂ ਗੱਲਾਂ ਬਾਤਾਂ ਵੱਲ ਚੱਲਦੇ ਹਾਂ। ਪਹਿਲਾਂ ਅਗਰ ਗੱਲ ਕਰੀਏ, ਪਹਿਲਾ ਸਵਾਲ ਵੀ ਮੇਰਾ ਰਾਤ ਦੇ ਉਹਦੇ ਪ੍ਰੋਗਰਾਮ ਦੇ ਨਾਲ ਹੀ ਸੰਬੰਧਿਤ ਹੈਗਾ। ਅੱਜ ਜਿਵੇਂ ਆਪਾਂ ਮੇਲ ਬਾਕਸ ਹੁੰਦਾ, ਤੁਹਾਡੀਆਂ ਗੱਲਾਂ ਬਾਤਾਂ ਲਈ ਦੀਆਂ, ਸਵਾਲ ਲੈ ਕੇ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਪਹਿਲਾ ਸਵਾਲ ਵੀ ਇਹੀ ਹੈ ਕਿ ਰਾਤੀ ਤੁਸੀਂ ਜਿਹੜਾ ਆਪਾਂ ਵਿਸ਼ਾ ਰੱਖਿਆ ਸੀਗਾ, ਮੈਂ ਦੱਸਿਆ ਸੀਗਾ ਰਾਤੀ ਕਿ ਭਾਰਤ ਅਨਾਜ ਪੈਦਾ ਕਰਨ 'ਚ ਮੋਹਰੀ ਹੈ, ਭਾਰਤ ਦੇ ਵਿੱਚ ਭੁੱਖੇ ਸੌਣ ਦੇ ਵਿੱਚ ਮੋਹਰੀ ਹੈ, ਅਤੇ ਭਾਰਤ ਦੇ ਵਿੱਚ ਫੂਡ ਵੇਸਟ ਦੇ ਵਿੱਚ ਵੀ ਮੋਹਰੀ ਭਾਰਤ ਹੈਗਾ। ਬਹੁਤ ਸਾਰੇ ਫੋਨ ਆਏ ਉਹਦੇ 'ਤੇ ਮੈਨੂੰ ਬਾਅਦ 'ਤੇ, ਕਿਉਂਕਿ ਕਾਲਾਂ ਕਈ ਵਾਰੀ ਨਹੀਂ ਲੱਗਦੀਆਂ, ਅਤੇ ਫਿਰ ਮੇਰੇ ਸਿਰ 'ਤੇ ਕਾਫੀ ਫੋਨ ਆਉਂਦੇ ਨੇ। ਪੈਨਸਲਵੀਨੀਆ ਤੋਂ ਵੀ ਫੋਨ ਆਇਆ ਸੀ, ਕਿਸੇ ਭੈਣ ਜੀ ਦਾ LA ਤੋਂ ਵੀ ਆਇਆ ਸੀਗਾ, ਇੰਡੀਆਨਾ ਤੋਂ ਵੀ ਆਇਆ ਸੀ। ਕਈ ਫੋਨ ਐਸੇ ਆਏ ਆ ਜਿਨ੍ਹਾਂ ਨੇ ਮੁੜ ਕੇ ਵਿਸ਼ੇ 'ਤੇ ਗੱਲ ਕੀਤੀ ਹੈ, ਅਤੇ ਨਾਲ ਦੀ ਨਾਲ ਬੜਾ ਕੁਛ ਦੱਸਿਆ ਉਹਨਾਂ ਨੇ। ਪੈਨਸਲਵੀਨੀਆ ਤੋਂ ਜਿਹੜੇ ਭੈਣ ਜੀ ਦਾ ਫੋਨ ਆਇਆ ਸੀਗਾ, ਤਾਂ ਉਹ ਕਹਿੰਦੇ ਵੀ ਮੈਂ ਇਹ ਸਲਾਹ ਦਿੰਦੀ ਹਾਂ ਵੀ ਜਿਹੜੇ ਲੰਗਰ ਨੇ, ਲੰਗਰਾਂ ਦੀ ਬਜਾਏ ਬਾਕੀ ਸਾਨੂੰ ਹੋਰ ਕਿਸੇ ਪਾਸੇ ਕਰਨਾ ਚਾਹੀਦਾ। ਪਰ ਨਾਲ ਦੀ ਨਾਲ ਹੀ ਜੈਸਮੀਨ ਕੌਰ ਸਿਆਟਲ ਤੋਂ ਉਹਨਾਂ ਨੇ ਸਵਾਲ ਜਿਹੜਾ ਪੁੱਛਿਆ, ਉਹ ਵੀ ਨਾਲ ਸਾਂਝਾ ਕਰ ਲੈਂਦੇ ਹਾਂ, ਕਿਉਂਕਿ ਅਸੀਂ ਅਕਸਰ ਗੱਲ ਕਰੀ ਦੀ ਫੂਡ ਵੇਸਟ ਨਹੀਂ ਕਰਨਾ ਚਾਹੀਦਾ, ਵੇਸਟ ਨਹੀਂ ਕਰਨਾ ਚਾਹੀਦਾ, ਸਾਨੂੰ ਉੰਨੀ ਚੀਜ਼ ਪਾਣੀ ਚਾਹੀਦੀ ਜਿੰਨੀ ਖਾਣੀ ਹੈ, ਚਾਹੇ ਲੰਗਰਾਂ ਦੀ ਗੱਲ ਕਰੀਏ। ਪਰ ਇਹਨਾਂ ਨੇ ਸਵਾਲ ਬੜਾ ਕਸੂਤਾ ਪੁੱਛਿਆ, ਕਹਿੰਦੇ ਵੀ ਤੁਸੀਂ ਰਾਤੀ ਫੂਡ ਵੇਸਟੇਜ ਦੀ ਗੱਲ ਕਰ ਰਹੇ ਸੀ ਵੀ ਨਹੀਂ ਵੇਸਟ ਕਰਨਾ ਚਾਹੀਦਾ, ਮੰਨ ਲਓ ਅਸੀਂ ਇੱਥੇ ਫੂਡ ਵੇਸਟ ਨਹੀਂ ਕਰਦੇ ਘਰਾਂ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ, ਅਤੇ ਉਹਦਾ ਜ਼ਰੂਰਤਮੰਦਾਂ ਨੂੰ ਕੀ ਫਾਇਦਾ ਹੋਊਗਾ, ਜਿਹੜੇ ਭਾਰਤ ਵਿੱਚ ਬੈਠੇ ਨੇ ਜਾਂ ਕਿਤੇ ਬੈਠੇ ਨੇ ਉਹਨਾਂ ਨੂੰ ਕੀ ਫਾਇਦਾ ਹੋਊਗਾ। ਸਵਾਲ ਬਹੁਤ ਟੈਕਨੀਕਲ ਹੈ, ਪਰ ਕਿਸੇ ਨਾ ਕਿਸੇ ਤਰੀਕੇ ਫਾਇਦਾ ਹੁੰਦਾ ਹੈ। ਉਹਦਾ ਅਸੀਂ ਇਹ ਕਰ ਸਕਦੇ ਵੀ ਇਹ ਫੂਡ ਜਿਹੜਾ ਵੇਸਟ ਇੱਥੇ ਨਾ ਕਰਕੇ, ਜਿਹੜਾ ਚਲੋ ਸਵਾਲ ਬਹੁਤ ਵਧੀਆ ਹੈ, ਇਹ ਚੀਜ਼ ਦਿਮਾਗ ਦੇ ਵਿੱਚ ਆ ਜਾਂਦੀ ਹੈ ਕਿ ਮੈਂ ਇੱਥੇ ਘਰੇ ਖਾਣਾ ਖਾਧਾ, ਮੈਂ ਤਾਂ ਆਪਦੇ ਵਿੱਚ ਸਿੱਟਦਾ ਗਾਰਬੇਜ ਦੇ ਵਿੱਚ, ਅਤੇ ਜੇ ਮੈਂ ਨਾ ਵੀ ਸਿੱਟਦਾ ਤਾਂ ਉਹਨਾਂ ਕੋਲ ਤੱਕ ਕਿਵੇਂ ਪਹੁੰਚਦਾ ਜਿਹੜੀ ਲੋੜ ਹੈ। ਸੋ ਉਹਦਾ ਜਵਾਬ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਜੀ ਕਿ ਉਹ ਸਾਨੂੰ ਕਿਸੇ ਨਾ ਕਿਸੇ ਦੀ ਸਾਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਜ਼ਰੂਰਤ ਹੈਗੀ ਆ। ਅਸੀਂ ਪੰਜਾਬ ਦੀ ਗੱਲ ਕਰੀਏ, ਆਪੋ ਆਪਣੇ ਪਿੰਡ ਦੀ ਗੱਲ ਕਰੀਏ, ਕਿਸੇ ਬੱਚੇ ਨੂੰ ਪੜ੍ਹਾਈ ਦੀ ਜ਼ਰੂਰਤ ਹੈ। ਵੈਸੇ ਉਹ ਗੱਲ ਜਿਹੜੀ ਹੈਗੀ ਵੀ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਲੰਗਰ ਲਾਉਂਦੇ, ਲੰਗਰਾਂ ਦਾ ਵੀ ਥੋੜ੍ਹਾ ਸਿਸਟਮ ਚੇਂਜ ਕਰਨਾ ਚਾਹੀਦਾ। ਅਸੀਂ ਵਿਸ਼ਾ ਵੀ ਕੀਤਾ ਸੀਗਾ ਕਿ ਹੁਣ ਦਵਾਈਆਂ ਦੇ ਲੰਗਰ ਜਾਂ ਪੜ੍ਹਾਈਆਂ ਦੇ ਲੰਗਰ ਜੇ ਲੱਗਣ ਪੰਜਾਬ ਦੇ ਵਿੱਚ ਤਾਂ ਉਹ ਜ਼ਿਆਦਾ ਵਧੀਆ। ਦਵਾਈਆਂ ਦੀ ਲੋੜ ਬਹੁਤ ਸਾਰੇ ਲੋਕਾਂ ਨੂੰ ਹੈਗੀ ਹੈ, ਪੜ੍ਹਾਈਆਂ ਦੀ ਲੋੜ, ਐਜੂਕੇਸ਼ਨ ਦਾ ਲੰਗਰ ਲੱਗੇ, ਗਿਆਨ ਦਾ ਲੰਗਰ ਲੱਗੇ, ਉਹ ਜ਼ਿਆਦਾ ਵਧੀਆ ਰਹੂਗਾ। ਚਲੋ ਖੈਰ, ਵੇਸਟ ਜਿਹੜੀ ਹੈਗੀ ਜੀ ਅਸੀਂ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਵੇਸਟ ਨਾ ਕਰੀਏ, ਬਾਕੀ ਉਹ ਜਿਹੜਾ ਬਚਦਾ ਉਹ ਜ਼ਰੂਰ ਜ਼ਰੂਰਤਮੰਦਾਂ ਤੱਕ ਪਹੁੰਚਦਾ ਹੋਏਗਾ ਕਿਸੇ ਨਾ ਕਿਸੇ ਤਰੀਕੇ। ਲਓ ਜੀ, ਅਜੀਤ ਸਿੰਘ ਘੁੰਮਣ ਸਾਹਿਬ ਬੇਕਰ ਤਹਿਸੀਲ ਤੋਂ ਇਹਨਾਂ ਨੇ ਪੁੱਛਿਆ, ਕਹਿੰਦੇ ਵੀ ਕੀ ਪਤੀ ਪਤਨੀ ਵਿੱਚ ਲੜਾਈ ਹੋਣੀ ਜ਼ਰੂਰੀ ਹੈ? ਲੈ ਦੱਸੋ ਕੈਸਾ ਸਵਾਲ ਹੈ। ਇਹ ਜ਼ਰੂਰੀ ਤਾਂ ਬਿਲਕੁਲ ਨਹੀਂ ਹੈਗੀ ਜੀ, ਪਰ ਜ਼ਰੂਰੀ ਬਿਲਕੁਲ ਨਹੀਂ ਹੈਗੀ, ਹੁੰਦੀ ਜ਼ਰੂਰ ਹੈ। ਕਹਿੰਦੇ ਆ ਵੀ ਲੜਾਈ ਜਿਹੜੀ, ਬਹੁਤ ਸਾਰੇ ਘਰ ਹੈਗੇ, ਬਹੁਤ ਸਾਰੇ ਪਤੀ ਪਤਨੀ ਹੈਗੇ ਇਹੋ ਜਿਹੜੇ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਰੱਖੀ ਹੋਈ ਹੈ ਪਤਨੀ ਨੇ ਖਾਸ ਤੌਰ 'ਤੇ, ਅਤੇ ਉਹਨਾਂ ਦੀ ਲੜਾਈ ਨਹੀਂ ਹੁੰਦੀ, ਪਰ ਮੋਸਟਲੀ ਲੜਾਈ ਹੁੰਦੀ ਹੈ। ਇਹ ਜ਼ਰੂਰੀ ਨਹੀਂ ਹੈ, ਪਰ ਇਹ ਹੁਣ ਜ਼ਰੂਰੀ ਬਣ ਗਈ ਆ। ਇਉਂ ਲੱਗਦਾ ਹੈ ਵੀ ਜੇ ਪਤੀ ਪਤਨੀ ਨਾ ਹੋਣ ਤਾਂ, ਪਤੀ ਪਤਨੀ ਹੈਗੇ ਆ ਲੜਦੇ ਨਾ ਹੋਣ ਤਾਂ ਇਉਂ ਲੱਗਦਾ ਵੀ ਇਹ ਪਤੀ ਪਤਨੀ ਹੈ ਹੀ ਨਹੀਂ।
ਇਹ ਕਿਤੇ ਹੋਰ ਹੀ ਦੁਨੀਆ 'ਚੋਂ ਆਏ ਆ, ਪਰ ਲੜਾਈ ਹੋਣੀ ਜ਼ਰੂਰੀ ਨਹੀਂ ਹੈ, ਪਰ ਹੋਣੀ ਚੰਗੀ ਗੱਲ ਹੈ। ਮਾੜੀ ਮੋਟੀ ਲੜਾਈ ਤਾਂ ਕਿਤੇ ਹੋਣੀ ਚਾਹੀਦੀ ਹੈ, ਉਹਦੇ ਨਾਲ ਪਿਆਰ ਵੱਧਦਾ ਹੈ, ਪਰ ਇੰਨੀ ਲੜਾਈ ਨਹੀਂ ਹੋਣੀ ਚਾਹੀਦੀ। ਇੱਕ ਕੋਈ ਲੇਡੀ ਸਵੇਰੇ ਸਵੇਰੇ ਉੱਠੀ ਅਤੇ ਆਪਣੀ ਸੱਸ ਨੂੰ ਕਹਿੰਦੀ ਵੀ ਮੰਮੀ ਰਾਤੀ ਮੇਰੀ ਇਹਨਾਂ ਨਾਲ ਲੜਾਈ ਹੋ ਗਈ, ਥੋੜ੍ਹੀ ਬਹੁਤ ਲੜਾਈ ਹੋ ਗਈ। ਉਹ ਕਹਿੰਦੀ ਵੀ ਸੱਸ ਕਹਿੰਦੀ ਕੋਈ ਨਹੀਂ, ਮਾੜਾ ਮੋਟਾ ਹੁੰਦਾ ਹੀ ਆ, ਕੋਈ ਨਹੀਂ ਟਾਈਮ ਦੇ ਹਿਸਾਬ ਨਾਲ ਰੁਕ ਜਾ, ਕੋਈ ਨਹੀਂ ਸਭ ਠੀਕ ਹੋ ਜਾਏਗਾ। ਹਾਂ ਕਹਿੰਦੀ ਉਹ ਤਾਂ ਮੈਨੂੰ ਪਤਾ ਸਭ ਠੀਕ ਹੋ ਜਾਣਾ, ਪਰ ਮੈਨੂੰ ਇਹ ਦੱਸੋ ਵੀ ਹੁਣ ਬੇਹੋਸ਼ ਪਏ ਆ, ਇਹਨਾਂ ਦਾ ਕੀ ਕਰਨਾ ਹੈ। ਹੈ ਕਹਿੰਦੀ ਤੇਰਾ ਬਹਿ ਜਾ ਬੇੜਾ, ਕਹਿੰਦੀ ਕੀ ਕਰਤਾ ਮੇਰੇ ਪੁੱਤ ਨੂੰ। ਨਹੀਂ ਕਹਿੰਦੀ ਲੜਾਈ ਥੋੜ੍ਹੀ ਜਿਹੀ ਹੋਈ ਸੀ, ਬਸ ਉਹ ਥੋੜ੍ਹਾ ਜ਼ਿਆਦਾ ਬੋਲ ਪਿਆ ਅਤੇ ਮੇਰੇ ਕੋਲ ਥੋੜ੍ਹੇ ਸੱਟ ਲੱਗ ਗਈ, ਉਹ ਬੇਹੋਸ਼ ਪਏ ਨੇ, ਉਹਦਾ ਦੇਖੋ ਹੁਣ ਕੀ ਕਰਨਾ। ਇਹੋ ਜਿਹੀ ਲੜਾਈ ਨਹੀਂ ਹੋਣੀ ਚਾਹੀਦੀ, ਮਾੜੀ ਮੋਟੀ ਨੋਕ ਝੋਂਕ ਜਿਹੜੀ ਹੈਗੀ ਆ ਉਹ ਚੰਗੀ ਗੱਲ ਆ। ਲਵਲੀ ਪਰਦੇਸੀ ਵੈਨਕੂਵਰ ਤੋਂ ਇਹਨਾਂ ਨੇ ਸਵਾਲ ਪੁੱਛਿਆ, ਇਹ ਕਹਿੰਦੇ ਜੀ ਕੀ ਤੁਹਾਡਾ ਕਦੇ ਕਿਸੇ ਕੰਜੂਸ ਬੰਦੇ ਨਾਲ ਵਾਹ ਪਿਆ? ਬਿਲਕੁਲ ਜੀ, ਕੰਜੂਸ ਬੰਦੇ ਤਾਂ ਸਿਰੇ ਤੋਂ ਸਿਰੇ ਪਏ ਨੇ, ਔਰ ਕਈ ਬੰਦੇ ਐਸੇ ਕੰਜੂਸ ਨੇ ਕਿ ਉਹ ਕੁਛ ਵੀ ਕਰ ਸਕਦੇ, ਪੈਸਾ ਬਚਾਉਣ ਲਈ ਕੁਛ ਵੀ ਕਰ ਸਕਦੇ ਆ, ਸਾਰਾ ਕੁਛ ਹੁੰਦੇ ਸੁੰਦੇ ਮਰੂ ਮਰੂ ਕਰੀ ਜਾਣਾ, ਜੇ ਕਿਤੇ ਪੈਸਾ ਨਹੀਂ ਖਰਚਣਾ। ਇੱਕ ਸਾਡੇ ਵੀ ਮੁੰਡਾ ਦੋਸਤ ਸੀਗਾ ਜਦੋਂ ਪੜ੍ਹਦੇ ਸੀਗੇ, ਤਾਂ ਉਹਨੂੰ ਗਿਆ ਆਪਦੇ ਡੈਡੀ ਕੋਲ ਵੀ, ਡੈਡੀ ਮੈਨੂੰ ਕਹਿੰਦਾ ਪੈਸੇ ਦੇ ਦਿਓ ਮੋਗੇ। ਉਹ ਕਹਿੰਦਾ ਡੈਡੀ ਉਹਦਾ ਕਹਿੰਦਾ ਪਤੰਦਰਾ ਪੈਸੇ ਚੱਬਦਾ ਤੂੰ, ਹਜੇ 3 ਮਹੀਨੇ ਪਹਿਲਾਂ ਤਾਂ 50 ਰੁਪਏ ਦਿੱਤੇ ਸੀ। ਸੋ ਇਹ ਵੀ ਹਿਸਾਬ ਲਾ ਲਓ ਵੀ ਉਹ 3 ਮਹੀਨੇ ਪਹਿਲਾਂ 50 ਦਿੱਤੇ ਉਹਨੂੰ, ਇਵੇਂ ਦੱਸਦਾ ਵੀ ਉਹਨੇ 3 ਮਹੀਨਿਆਂ 'ਚ ਖਰਚਤੇ, ਤਾਂ ਮਤਲਬ ਪੈਸੇ ਚੱਬਦਾ। ਕੰਜੂਸਾਂ ਦੀ ਗੱਲ ਇੱਕ ਮੈਂ ਪਹਿਲਾਂ ਵੀ ਸੁਣਾਈ ਸੀ, ਦਿੱਲੀ ਦੇ ਵਿਆਹ ਦੇ ਵਿੱਚ, ਬਹੁਤ ਵੱਡਾ ਵਿਆਹ, ਬੜਾ ਕਰੋੜਾਂ ਰੁਪਈਏ ਵਿਆਹ ਖਰਚਣਾ, ਮਤਲਬ ਕਰੋੜਾਂ ਰੁਪਈਆਂ ਵਾਲਾ ਵਿਆਹ ਸੀਗਾ, ਬਹੁਤ ਤਕੜਾ। ਅਤੇ ਮੁੰਡੇ ਵਾਲਿਆਂ ਨੇ ਕਰੋੜਾਂ ਰੁਪਈਆ ਵਿਆਹ 'ਤੇ ਖਰਚਿਆ, ਬਹੁਤ ਵੱਡਾ ਵਿਆਹ ਕੀਤਾ ਕਹਿੰਦੇ। ਅਤੇ ਕੁੜੀ ਵਾਲਿਆਂ ਨੇ ਫਿਰ ਵਿਆਹ ਵੱਡਾ ਸੀਗਾ, ਅਤੇ ਫਰਾਰੀ ਦਾਜ ਦੇ ਵਿੱਚ ਦਿੱਤੀ, ਫਰਾਰੀ ਗੱਡੀ ਕਹਿੰਦੇ ਬਾਹਲੀ ਮਹਿੰਗੀ ਆ, ਉਦੋਂ ਉਹ ਦਾਜ ਦੇ ਵਿੱਚ ਦਿੱਤੀ। ਅਤੇ ਮੁੜ ਕੇ 5-7 ਦਿਨ ਬਾਅਦ ਉਸ ਬੰਦੇ ਨੂੰ ਫੋਨ ਕਰਿਆ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਕਿੱਥੇ ਹੋ? ਉਹ ਕਹਿੰਦਾ ਮੈਂ ਆ ਮੋਟਰ ਮਾਰਕੀਟ ਆਇਆ ਹੋਇਆ। ਉਹ ਕਹਿੰਦੀ ਮੋਟਰ ਮਾਰਕੀਟ ਕੀ ਗੱਲ ਹੋ ਗਈ? ਉਹਨੇ ਫਰਾਰੀ ਲੈ ਕੇ ਆਇਆ ਸੀ। ਉਹ ਕਹਿੰਦੇ ਯਾਰ ਫਰਾਰੀ ਭਾਅ ਜੀ ਤੁਸੀਂ ਹੱਦ ਹੋ ਗਈ, ਫਰਾਰੀ ਤੁਹਾਨੂੰ ਹਜੇ ਹੁਣੇ ਦਾਜ ਦੇ ਵਿੱਚ ਮਿਲੀ, ਨਵੀਂ ਫਰਾਰੀ ਮਿਲੀ ਆ, ਐਡੀ ਛੇਤੀ ਖਰਾਬ ਹੋ ਗਈ? ਉਹ ਕਹਿੰਦੇ ਨਹੀਂ ਜੀ ਫਰਾਰੀ ਖਰਾਬ ਨਹੀਂ ਹੋਈ, ਇਹਦੇ 'ਚ ਮੈਂ ਗੈਸ ਕੱਟ ਜਿਹੜੀ ਹੁੰਦੀ ਆ ਉਹ ਰਖਵਾਉਣ ਆਇਆ। ਲੈ ਦੱਸੋ ਕਰ ਲਓ ਗੱਲ ਵੀ ਕੰਜੂਸੀ, ਫਿਰ ਉੱਥੇ ਵੀ ਉਹਨੂੰ ਇੰਜੋਏ ਕਰੋ, ਚੀਜ਼ ਮਿਲੀ ਹੈ ਚਲਾਓ। ਇੱਕ ਹੋਰ ਬੰਦਾ ਸੀਗਾ ਕਿਸੇ ਦਫ਼ਤਰ ਦੇ ਵਿੱਚ, ਚੰਡੀਗੜ੍ਹ ਦੀ ਗੱਲ ਹੈ, ਕੰਮ ਕਰਦਾ ਸੀ, ਉਹਦੇ ਬਾਰੇ ਵੀ ਸਭ ਨੂੰ ਹੌਲੀ ਹੌਲੀ ਪਤਾ ਲੱਗਿਆ। ਪਹਿਲਾਂ ਤਾਂ ਲੱਗਦਾ ਸੀਗਾ ਵੀ ਉੱਦਾਂ ਹੀ ਕਰਦਾ ਇਹ, ਜਾਣ ਕੇ ਠੀਕ ਨਹੀਂ ਹੈਗਾ, ਜੇ ਮਾਠ ਮਾਰ ਹੋਣਾ। ਉਹਨੇ ਚਾਵਲੇ ਪੁੱਛਣਾ ਵੀ ਚਾਹ ਦਾ ਕੱਪ ਕਿੰਨੇ ਦਾ ਬਈ? ਉਹਨੇ ਕਹਿਣਾ ਜੀ 10 ਰੁਪਈਏ ਦਾ। ਅਤੇ ਫਿੱਕੀ ਚਾਹ ਕਿੰਨੇ ਦੀ ਹੈ? ਉਹ ਕਹਿੰਦਾ ਜੀ ਫਿੱਕੀ ਵੀ ਦੱਸਦੀ ਹੋਈ ਹੈ, ਫਿੱਕੀ ਨੂੰ ਕੀ ਹੈ, ਸ਼ੂਗਰ ਸੀਗੀ। ਉਹਨੂੰ ਕਹਿੰਦਾ ਚੱਲ ਐਂ ਕਰ, ਚਾਹ ਫਿੱਕੀ ਲੈ ਆ ਅਤੇ ਖੰਡ ਜਿਹੜੀ ਆ ਉਹ ਨਾਲ ਪੂੜੀ 'ਚ ਪਾ ਕੇ ਲੈ ਆਈ, ਅਤੇ ਮੈਂ ਜਿੰਨੀ ਪਾਉਣੀ ਹੋਊ ਮੈਂ ਪਾ ਲੂੰ ਆਪੇ ਬਾਕੀ। ਉਹ ਪਤੰਦਰ ਕੀ ਕਰਦਾ ਸੀਗਾ, ਚਾਹ ਦੇ ਨਾਲ ਖੰਡ ਮੰਗਵਾ ਲੈਂਦਾ ਸੀ, ਆਪ ਉਹ ਮਿੱਠਾ ਖਾਂਦਾ ਨਹੀਂ ਸੀ, ਸ਼ੂਗਰ ਦੀ ਬਿਮਾਰੀ ਸੀ। ਉਹ 3-4 ਵਾਰੀ ਦਿਹਾੜੀ ਜਿਹੜੀ ਚਾਹ ਪੀਣੀ ਆ ਉਹ ਖੰਡ ਸ਼ਾਮ ਨੂੰ ਘਰ ਲੈ ਜਾਂਦਾ ਸੀ, ਇੱਕ ਡੰਗ ਦੀ ਚਾਹ ਬਣ ਜਾਂਦੀ ਸੀ ਅਗਲੇ ਦਿਨ। ਇਹੋ ਜਿਹੇ ਪਰੇ ਤੋਂ ਪਰੇ ਜਿਹੜੇ ਕੰਜੂਸ ਪਏ ਨੇ, ਪਰੇ ਤੋਂ ਪਰੇ ਪਏ ਨੇ, ਘਰਾਂ ਦੇ ਵਿੱਚ ਵੀ ਹੁੰਦੇ, ਸਾਡੇ ਪਰਿਵਾਰਾਂ ਦੇ ਵਿੱਚ ਵੀ ਹੁੰਦੇ ਬਹੁਤ ਲੋਕ ਕੰਜੂਸ, ਅਤੇ ਹਰ ਇੱਕ ਦਾ ਵਾਹ ਪੈਂਦਾ ਹੀ ਪੈਂਦਾ ਹੈਗਾ। ਲਓ ਜੀ ਅਗਲਾ ਜਿਹੜਾ ਸਵਾਲ ਹੈਗਾ ਇਹ ਹੈਗਾ ਹਰਿੰਦਰ ਗਿੱਲ ਟੋਰਾਂਟੋ ਤੋਂ, ਕਹਿੰਦੇ ਜੀ ਦੋ ਧਾਰੀ ਤਲਵਾਰ ਕੀ ਹੁੰਦੀ ਹੈ? ਦੋ ਧਾਰੀ ਤਲਵਾਰ ਤਾਂ ਸਿਆਣੇ ਇਹ ਕਹਿੰਦੇ ਵੀ ਜਿਹਦੇ ਪਾਸੇ ਦੋਹੇ ਪਾਸੇ ਤਿੱਖੇ ਹੋਣ ਉਹਨੂੰ ਦੋ ਧਾਰੀ ਕਹਿੰਦੇ ਆ, ਵੀ ਇੱਧਰੋਂ ਮਾਰੋ ਚਾਹੇ ਇੱਧਰੋਂ ਮਾਰੋ ਉਨੀ ਉਹ ਤਿੱਖੀ ਹੁੰਦੀ ਹੈ। ਪਰ ਜਿਹੜੇ ਬਾਹਲੇ ਸਿਆਣੇ ਲੋਕ ਆ ਉਹ ਕਹਿੰਦੇ ਦੋ ਧਾਰੀ ਤਲਵਾਰ ਤਕਰੀਬਨ ਤਕਰੀਬਨ ਪਤਨੀ ਹੁੰਦੀ ਹੈ, ਘਰ ਵਾਲੀ ਤਕਰੀਬਨ ਵਾਹ ਵਾਸਤਾ ਪੈਂਦਾ ਹੀ ਹੋਏਗਾ ਬਹੁਤ ਸਾਰਿਆਂ ਦਾ, ਸਾਰਿਆਂ ਦਾ ਨਹੀਂ ਮੈਂ ਕਹਿੰਦਾ, ਹਮੇਸ਼ਾ ਮੈਂ ਇਹੀ ਕਹਿੰਦਾ ਵੀ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਹੁੰਦਾ, ਅਤੇ ਨਾ ਮੈਂ ਆਪਦੀ ਹੋਈ ਗੱਲ ਕਰਦਾ ਹੁੰਦਾ, ਇਹ ਗੱਲ ਮਤਲਬ ਜਨਰਲ ਜੀ ਹੁੰਦੀ ਵੈਸੇ ਜਿੱਦਾਂ ਹੁੰਦੀ ਹੈ, ਮਤਲਬ ਦੋ ਧਾਰੀ ਇਸ ਕਰਕੇ ਪਤਨੀ ਕਹਿੰਦੇ ਹੈਗੇ ਆ ਵੀ ਉਹਨੂੰ ਜਵਾਬ ਹਾਂ 'ਚ ਦੇ ਦਿਓ ਚਾਹੇ ਨਾ 'ਚ ਦੇ ਦਿਓ, ਉਹ ਤੁਹਾਡਾ ਨੁਕਸਾਨ ਤੁਹਾਡਾ ਹੀ ਹੋਣਾ ਹੈ। ਮੰਨ ਲਓ ਪਤਨੀ ਨੇ ਪੁੱਛਿਆ ਸੂਟ ਸਾਟ ਪਾ ਕੇ ਸੋਹਣੀ ਸੁਰਖੀ ਸਰਕੀ ਲਾ ਕੇ, ਦੇਖੋ ਜੀ ਮੈਂ ਪਤਲੀ ਲੱਗਦੀ ਹਾਂ ਨਾ ਅੱਗੇ ਨੂੰ, ਜੇ ਤਾਂ ਕਹਿਤਾ ਹਾਂ ਤਾਂ ਵੀ ਬੰਦਾ ਫਸਿਆ, ਜੇ ਕਹਿਤਾ ਨਾ ਤਾਂ ਵੀ ਬੰਦਾ ਫਸਿਆ, ਜੇ ਕਹਿਤਾ ਹਾਂ ਫਿਰ ਉਹਨੇ ਕਹਿੰਦਾ ਤੁਸੀਂ ਤਾਂ ਮੇਰੇ ਵੱਲ ਕਦੇ ਧਿਆਨ ਨਹੀਂ ਦਿੰਦੇ ਹੈਗੇ, ਕਦੇ ਧਿਆਨ ਨਾਲ ਦੇਖਿਆ ਵੀ ਆ ਮੈਨੂੰ, ਮੇਰਾ ਭਾਰ ਕਿੱਥੋਂ ਘੱਟ ਗਿਆ, ਮੈਂ ਇਹ ਪਰਸੋਂ ਜਿੰਮ ਜੁਆਇਨ ਕੀਤੀ ਹੈ, ਮੇਰਾ ਤਾਂ ਅਜੇ 1 ਕਿਲੋ ਭਾਰ ਵੀ ਨਹੀਂ ਕੱਢਿਆ, ਤੁਸੀਂ ਕਹਿੰਦੇ ਪਤਲੀ ਲੱਗਦੀ ਹੈ, ਤਾਂ ਵੀ ਬੰਦਾ ਫਸਿਆ। ਜੇ ਕਿਤੇ ਗਲਤੀ ਨਾਲ ਕਹਿਤਾ ਵੀ ਤੂੰ ਪਤਲੀ ਨਹੀਂ ਲੱਗਦੀ, ਆਏ ਹਾਏ ਹਾਏ ਹਾਏ, ਫਿਰ ਤਾਂ
ਉਹ ਹਾਲ ਹੋ ਜਾਂਦਾ ਵੀ ਰੋਟੀ ਰੋਟੀ ਵੀ ਔਖੀ ਮਿਲਦੀ ਹੈ, ਵੀ ਤੁਹਾਨੂੰ ਤਾਂ ਮੈਂ ਕਦੇ ਪਤਨੀ ਲੱਗਣੀ ਹੀ ਨਹੀਂ, ਚਾਹੇ ਮੈਂ ਤੁਹਾਡੇ ਸਾਹਮਣੇ ਕਟਰੀਨਾ ਕੈਫ ਬਣ ਕੇ ਆ ਜਾਵਾਂ, ਮੈਂ ਤਾਂ ਪਤਨੀ ਲੱਗਣੀ ਨਹੀਂ। ਲਓ ਜੀ, ਇਹ ਹੁੰਦੀ ਹੈ ਦੋਧਾਰੀ ਤਲਵਾਰ, ਵੀ ਇੱਧਰੋਂ ਵੱਜੇ ਚਾਹੇ ਇੱਧਰੋਂ ਵੱਜੇ, ਚਾਹੇ ਹਾਂ ਕਹੋ ਚਾਹੇ ਨਾ ਕਹੋ, ਅਤੇ ਉਹਦਾ ਗੁੱਸਾ ਜਿਹੜਾ ਤੁਹਾਡੇ 'ਤੇ ਹੀ ਫੁੱਟਣਾ ਹੁੰਦਾ। ਸੁਖਦੇਵ ਸਮਰਾ ਸਾਹਿਬ, ਸੁਖਦੇਵ ਸਮਰਾ ਇੰਡੀਆਨਾ ਤੋਂ ਅਕਸਰ ਪੁੱਛਦੇ ਰਹਿੰਦੇ ਨੇ ਸਵਾਲ, ਅਤੇ ਇਹ ਕਹਿੰਦੇ ਵੀ ਚੰਗਾ ਗਵਾਂਢੀ ਕੌਣ ਹੈ? ਦੇਖੋ ਜੀ, ਬਾਹਰਲੇ ਮੁਲਕਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਜਿਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ, ਤਾਂ ਉੱਥੇ ਤਾਂ ਗਵਾਂਢੀ ਸਾਰੇ ਹੀ ਚੰਗੇ ਆ, ਸਾਰੇ ਹੀ ਮਾੜੇ ਆ। ਇੱਧਰਲੇ ਮੁਲਕਾਂ 'ਚ ਵੀ ਇਹੀ ਹੈ, ਗਵਾਂਢ ਹੈ ਹੀ ਨਹੀਂ ਹੈ, ਚੰਗਾ ਮਾੜਾ ਤਾਂ ਬਾਅਦ ਦੀ ਗੱਲ ਹੈ, ਪਤਾ ਹੀ ਨਹੀਂ ਗਵਾਂਢ ਹੈਲੋ ਹਾਏ ਹੁੰਦੀ ਮਾੜੀ ਮੋਟੀ ਜਦੋਂ ਬਾਹਰ ਬੰਦਾ ਨਿਕਲਦਾ, ਬਾਕੀ ਤਾਂ ਗਵਾਂਢ ਹੈ ਹੀ ਕੋਈ ਨਹੀਂ ਇੱਧਰ। ਹਾਂ, ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ, ਜੇ ਪੰਜਾਬ ਦੀ ਅੱਜ ਕੱਲ੍ਹ ਦੀ ਗੱਲ ਕਰੀਏ, ਤਾਂ ਉਹ ਕਹਿੰਦੇ ਵੀ ਚੰਗਾ, ਸਭ ਤੋਂ ਚੰਗਾ ਗਵਾਂਢੀ ਉਹੀ ਹੈ ਜੋ ਵਾਈਫਾਈ ਨੂੰ ਲੌਕ ਨਾ ਲਾਵੇ, ਵਾਈਫਾਈ ਨੂੰ ਪਾਸਵਰਡ ਨਾ ਲਾਵੇ, ਉਹ ਸਭ ਤੋਂ ਚੰਗਾ ਗਵਾਂਢੀ ਹੈ। ਉਹਦਾ ਵਾਈਫਾਈ ਜਿਹੜਾ ਤੁਸੀਂ ਘਰ ਬੈਠੇ ਆਰਾਮ ਨਾਲ ਵਰਤੀ ਜਾਓ। ਵੈਸੇ ਤਾਂ ਕਹਿੰਦੇ ਵੀ ਚੰਦਰਾ ਗਵਾਂਢ ਨਾ ਹੋਵੇ ਤਾਂ ਲਾਈ ਲੱਗ ਨਾ ਹੋਵੇ ਘਰ ਵਾਲਾ। ਸੋ ਚੰਦਰਾ ਗਵਾਂਢ ਵੀ ਜਿਹੜਾ ਪੰਜਾਬ ਦੀ ਗੱਲ ਕਰੀਏ ਤਾਂ ਐਸਾ ਹੁੰਦਾ ਕਿ ਜਿਹੜਾ ਮੁੜ ਕੇ ਇੱਕ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ ਜਿਹਦਾ ਹਿਸਾਬ ਕੋਈ ਨਹੀਂ। ਸੋ ਬ੍ਰੇਕ ਤੋਂ ਬਾਅਦ ਆਪਾਂ ਵਿਸ਼ੇ ਵੱਲ ਜਾਣਾ, ਵਿਸ਼ੇ ਤੋਂ ਪਹਿਲਾਂ ਅੰਜਾਨ ਸਾਹਿਬ ਨਾਲ ਥੋੜ੍ਹੀ ਦੇਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਵਿਸ਼ਾ ਅੱਜ ਵੀ ਆਪਣਾ ਹੀ ਆ। ਅੱਜ ਵਿਸ਼ਾ ਸਾਡੇ ਬਾਹਰਲੇ ਮੁਲਕਾਂ ਦੇ ਨਾਲ ਸੰਬੰਧਿਤ ਹੈਗਾ, ਉਹ ਵੀ ਜਦੋਂ ਕੋਈ ਮੈਨੂੰ ਸੱਚੀ ਗੱਲ ਕਿਤੇ ਮਿਲਦੀ ਹੈ ਤਾਂ ਉਹ ਮੈਂ ਸੋਚਦਾ ਹੁੰਦਾ ਵੀ ਫਿਰ ਤੁਹਾਡੇ ਨਾਲ ਡਿਸਕਸ ਕਰ ਲਈਏ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਵੀ ਇਹਦੇ 'ਚ ਕਿੰਨੀ ਕੁ ਸੱਚਾਈ ਹੈ, ਕਿੰਨੇ ਕੁ ਪਰਸੈਂਟ ਇਹਦੇ ਸਾਰਾ ਕੁਛ ਹੈ, ਕਿੰਨੇ ਪਰਸੈਂਟ ਨਹੀਂ ਹੈ। ਸੋ ਅੱਜ ਰਿਸ਼ਤਿਆਂ ਦੀ ਗੱਲ ਕਰੀਦੀ ਹੈ, ਸੋਸ਼ਲ ਗੱਲ ਕਰੀਦੀ ਹੈ, ਰੀਤੀ ਰਿਵਾਜ਼ਾਂ ਦੀ ਗੱਲ ਕਰੀਦੀ ਹੈ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਰਿਸ਼ਤਿਆਂ ਦੀ ਗੱਲ ਕਰਾਂਗੇ। ਉਹ ਵੀ ਜਿਹੜੇ ਸਾਡਾ ਸਭ ਨੂੰ ਤਕਰੀਬਨ ਮਾਣ ਵਾਲਾ ਰਿਸ਼ਤਾ ਹੁੰਦਾ, ਜਾਂ ਕਹਿ ਲਓ ਵੀ ਨੇੜੇ ਦਾ ਰਿਸ਼ਤਾ ਹੁੰਦਾ, ਜਾਂ ਕਹਿ ਲਓ ਵੀ ਜਿਨ੍ਹਾਂ 'ਤੇ ਅਸੀਂ ਡਿਪੈਂਡੈਂਟ ਹੁੰਦੇ ਹਾਂ, ਜਿਨ੍ਹਾਂ ਤੋਂ ਅੱਗੇ ਸਾਡਾ ਵੰਸ਼ ਨਹੀਂ ਚੱਲਦਾ। ਫਿਲਹਾਲ ਬੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਅਤੇ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਚੱਲਦੇ ਹਾਂ ਸਰਦਾਰ ਅਰਜਨ ਸਿੰਘ ਅਣਜਾਣ ਸਾਹਿਬ ਵੱਲ। ਉਹਨਾਂ ਕੋਲੋਂ ਆਪਾਂ ਬੜਾ ਕੁਝ ਸਿੱਖਣ ਨੂੰ ਮਿਲਦਾ, ਚੰਗੀਆਂ ਗੱਲਾਂ ਬਹੁਤ ਮਿਲਦੀਆਂ ਨੇ, ਔਰ ਸਾਡੇ ਦਰਸ਼ਕ ਜਿਹੜੇ ਨੇ ਬਹੁਤ ਪਸੰਦ ਕਰਦੇ ਨੇ ਉਹਨਾਂ ਦੀ ਗੱਲਬਾਤ ਨੂੰ। ਸੋ ਦੇਖਦੇ ਅੱਜ ਕੀ ਲੈ ਕੇ ਆਏ ਨੇ ਸਾਡੇ ਵਾਸਤੇ ਆਪਣੇ ਗਿਆਨ ਦੇ ਖਜ਼ਾਨੇ ਦੇ ਵਿੱਚੋਂ। ਅਣਜਾਣ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਪੈਰੀ ਪਿੰਨਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਜੀ। ਹਾਂ ਜੀ ਸਰ, ਹੋਰ ਠੀਕ ਠਾਕ ਜੀ? ਹੋਰ ਠੀਕ ਹੈ ਪਿਆਰੇ, ਤੁਸੀਂ ਸੁਣਾਓ ਜੀ? ਬਹੁਤ ਵਧੀਆ, ਬਹੁਤ ਵਧੀਆ। ਤੇ ਹਾਂਜੀ, ਕੀ ਅੱਜ ਸਾਡੇ ਦਰਸ਼ਕਾਂ ਵਾਸਤੇ ਖਾਸ? ਧੰਨਵਾਦ ਜੀ, ਧੰਨਵਾਦ। ਪਹਿਲਾਂ ਆਪ ਤੇ ਦਰਸ਼ਕਾਂ ਨੂੰ ਨਿਮਰਤਾ ਸਹਿਤ ਸਤਿ ਸ੍ਰੀ ਅਕਾਲ ਜੀ। ਆਉਣ ਜਾਣ ਇਹ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ ਜੀ। ਜਿੱਥੇ ਚਾਹ ਉੱਥੇ ਰਾਹ, ਜਿੱਥੇ ਰਾਤ ਉੱਥੇ ਦਰਗਾਹ ਜੀ। ਇੱਕ ਸਵਾਲ ਬੇਨਤੀ ਪਹਿਲਾਂ ਤੁਹਾਨੂੰ ਆ, ਜਮ ਰਾਜੇ ਕੇ ਹੀਰੂ ਆਏ ਸ਼ਬਦ ਇੱਕ ਦੁਬਾਰਾ ਬੋਲੋ ਜੀ। ਜਮ ਰਾਜੇ ਕੇ ਹੀਰੂ ਆਏ, ਜਮ ਰਾਜੇ ਕੇ ਹੀਰੂ ਜੀ। ਹਾਂਜੀ ਜੀ, ਇਹ ਆਏ ਕਿ ਨਹੀਂ ਤੁਹਾਡੇ ਕੋਲ, ਕਿ ਜਾਂ ਤੁਸੀਂ ਲੁਕੋਏ ਹੋਏ ਆ? ਮੇਰੇ ਉੱਪਰੋਂ ਲੰਘ ਗਿਆ ਥੋੜ੍ਹੀ ਜਿਹੀ, ਕੋਈ ਡੂੰਘੀ ਗੱਲ ਹੈ ਤੁਹਾਡੀ ਇਹ ਜੀ। ਜਮ ਰਾਜੇ ਕੇ ਖੇਰੂ, ਹਾਂਜੀ ਜੀ, ਗੁਰਬਾਣੀ ਦੇ ਲਿਹਾਜ਼ ਨਾਲ ਹੈਗੇ ਜੀ। ਇਹ ਉੱਧਰ ਲਾ ਤਾ ਸਾਈਨ ਬੋਰਡ ਆ, ਧੌਲੇ ਆ, ਧੌਲੇ ਆਏ ਕੱਲ ਕੋਈ ਹੋਏ ਆ? ਅੱਛਾ, ਆਇਆ ਆਉਂਦੇ ਆ ਜੀ, ਉਹ ਫਿਰ ਦੱਬ ਲਈਦੇ ਆ, ਫਿਰ ਲੁਕੋ ਲੈਂਦੇ, ਕਦੇ ਫਿਰ ਮਾਇਆ ਨਹੀਂ ਲੁਕੋ ਹੁੰਦੇ ਜੀ। ਦੋ ਭਰਾ ਸੀ ਅਮੀਰ, ਜੀਵਾ ਤੇ ਖੀਵਾ ਜੀ। ਆਮ ਇਲਾਕੇ 'ਚ ਲੋੜਵੰਦਾਂ ਦੇ ਕੰਮ ਬਹੁਤ ਆਉਂਦੇ ਸੀ, ਕਈਆਂ ਨੂੰ ਗਰੀਬਾਂ ਨੂੰ ਮੁਫ਼ਤ ਵੀ ਸੇਵਾ ਕਰ ਦਿੰਦੇ ਸੀ ਜੀ। ਤੇ ਇਹਨਾਂ ਕੋਲ ਇੱਕ ਲੋੜਵੰਦ ਸੇਵਾਦਾਰ ਆ ਗਿਆ ਵੀ ਸਾਨੂੰ ਮਾਇਆ ਚਾਹੀਦੀ। ਉਹ ਕਹਿੰਦੇ ਵੀ ਕਿੰਨੀ ਚਾਹੀਦੀ ਆ? ਪੁੱਛ ਲਿਆ ਜੀ, ਦੱਸਤਾ। ਤੇ ਜੀਵਾ ਖੀਵੇ ਨੂੰ ਕਹਿੰਦਾ ਵੀ ਜਾ ਇਹਨੂੰ ਖਜ਼ਾਨੇ ਤੋਂ ਵੀ ਲਿਆ ਦੇ ਇੰਨੇ ਮਾਇਆ। ਅੱਛਾ ਜੀ। ਉਹ ਚਲੇ ਗਿਆ ਲੈਣ ਤੇ ਮਗਰੋਂ ਉਹਨੂੰ ਸ਼ਾਇਦ ਨਾ ਕਹਿੰਦਾ ਭਾਈ ਸਾਹਿਬ ਤੁਹਾਡੇ ਇੱਕ ਕੰਮ, ਕਹਿੰਦਾ ਮੈਂ ਉਲਟਾ ਹੀ ਦੇਖਿਆ,
ਉਹ ਕਹਿੰਦਾ ਕਿਹੜਾ? ਜੀ ਕਹਿੰਦਾ ਕਿ ਹਾਈ ਰਾਹ ਚ ਪਤਾ ਲੱਗਿਆ ਵੀ ਇੱਥੇ ਬੰਦਾ ਮਰਿਆ ਹੋਇਆ ਤੇ ਉੱਥੇ ਉਹ ਸਾਰੇ ਕਹਿੰਦਾ ਰੋ ਰੋ ਕੇ ਘਾਇਲ ਹੋਈ ਜਾਂਦੇ ਪਿੱਟੀ ਜਾਂਦੇ ਬੜਾ ਕਹਿੰਦਾ ਜੀ। ਉਹ ਕਹਿੰਦਾ ਵੀ ਉਹ ਰੋਂਦੇ ਆ ਤੇ ਘਾਇਲ ਘਾਇਲ ਨਾ ਹਾਂ ਹਾਂ ਉਹ ਕਹਿੰਦਾ ਵੀ ਉਹ ਤੁਹਾਡੇ ਇੱਥੇ ਗੀਤ ਗਾਈ ਜਾਂਦੇ ਆ। ਅੱਛਾ ਜੀ ਉਸ ਦੱਸ ਉਹ ਕਹਿੰਦਾ ਤੁਹਾਡੀ ਇੱਥੇ ਗੀਤ ਗਾਈ ਜਾਂਦੇ ਉੱਥੇ ਜਿੱਥੇ ਮਰਿਆ ਬੰਦਾ ਬਾਕੀ ਬੈਠੇ ਸਾਰੇ ਕਹਿੰਦਾ ਜੀ। ਉਹ ਕਹਿੰਦਾ ਵੀ ਤੁਹਾਡੇ ਤੁਹਾਡੇ ਨੀ ਕਹਿੰਦਾ ਨੀ ਸਾਡੇ ਤਾਂ ਨੀ ਇੱਦਾਂ ਗੀਤ ਕਹਿੰਦੇ ਤੁਹਾਡੇ ਕਰਦੇ ਸਾਡੇ ਤਾਂ ਕਹਿੰਦੇ ਸਾਰਾ ਵਿਹੜਾ ਹੀ ਪਿੱਟ ਪਿੱਟ ਕੇ ਕਮਲਾ ਹੋ ਜਾਂਦਾ ਮਹੀਨਿਆਂ ਬੱਧੀ ਰੋਂਦੇ ਰਹਿੰਦੇ ਆ ਜੀ। ਤੇ ਉਹਨੇ ਆਪਦੇ ਭਾਈ ਨੂੰ ਆਵਾਜ਼ ਮਾਰ ਲਈ ਕਿ ਉਹਨੇ ਮੁੜਿਆ ਕੀ ਵਿਆ ਇਹਨੂੰ ਪੈਸੇ ਨੀ ਦੇਣੇ। ਅੱਛਾ ਜੀ ਉਹ ਕਹਿੰਦਾ ਕਿਉਂ ਭਾਈ ਸਾਹਿਬ ਮੈਨੂੰ ਪੈਸੇ ਕਿਉਂ ਨੀ ਦੇਣੇ? ਉਹ ਕਹਿੰਦਾ ਤੇਰੀ ਨੀਂਦ ਨੀ ਚੰਗੀ। ਅੱਛਾ ਜੀ ਉਹ ਕਹਿੰਦਾ ਤੁਸੀਂ ਮੇਰੀ ਨੀਂਦ ਕਦੋਂ ਦੇਖ ਲਈ? ਅੱਜ ਹੀ ਤਾਂ ਮੈਂ ਲੋੜ ਲਈ ਆਇਆ। ਉਹ ਕਹਿੰਦਾ ਤੇ ਆਪ ਹੀ ਤਾਂ ਦੱਸਿਆ ਵਾ ਜੀ। ਉਹ ਕਹਿੰਦਾ ਕਿੱਦਾਂ ਬਈ ਜੇ ਬੰਦਾ ਮਰ ਜਾ ਤੇ ਸਾਡੇ ਸਾਰਾ ਪਿੰਡ ਹੀ ਨਗਰ ਹੀ ਰੋਈ ਜਾਂਦਾ? ਕਹਿੰਦਾ ਬਈ ਜੇ ਕਹਿੰਦਾ ਤੁਸੀਂ ਰੱਬ ਦੀ ਦਿੱਤੀ ਚੀਜ਼ ਉਹਨੂੰ ਨੀ ਮੋੜਦੀ ਸਾਡੇ ਪੈਸੇ ਕਦੋਂ ਮੋੜਨੇ? ਤੇ ਕਿਆ ਬਾਤ ਹੈ ਕਿਆ ਬਾਤ ਜੀ। ਇਸ ਕਰਕੇ ਤੈਨੂੰ ਨੀ ਪੈਸੇ ਦੇ ਸਕਦੇ। ਉੱਥੇ ਆਉਂਦਾ ਇੱਕ ਚੱਲੇ ਇੱਕ ਚੱਲ ਗਏ ਰਹਿੰਦੇ ਪੀ ਚੱਲ ਜਾਏ ਜੀ ਰਹਿੰਦੇ ਪੀ ਫੋਨ ਚੱਲ ਜਾ ਜੀ। ਫਿਰ ਇਹਦੇ ਇੱਕ ਸਾਦੀ ਜੀ ਰਚਨਾ ਹੈਗੀ ਇਹ ਜੀ। ਹਰ ਇੱਕ ਜਿਹੜੀ ਚੀਜ਼ ਆ ਇਹ ਬਣੀ ਹੋਈ ਆ ਤੁਰੀ ਜਾਂਦੀ ਆ ਧਰਤੀ ਵੀ ਤੁਰਦੀ ਆ ਪੌਣ ਵੀ ਆਲਾ ਬਾਲੀ ਸਭ ਕੁਛ ਚੱਲਦਾ ਹੈ ਤੇ ਚੱਲੀ ਜਾਂਦੇ ਸਾਰੇ ਜੀ। ਇਹ ਸਾਦਾ ਨੇ ਗਿਣਤ ਗਿਣਨ ਤੋਂ ਲਵਾਂਗੇ ਜੀ ਬਾਕੀ ਬੰਦੇ ਤੇ ਲੈ ਆਉਣਾ ਜੀ। ਸਾਲ ਵੀ ਤੁਰ ਗਏ ਸਦੀਆਂ ਵੀ ਤੁਰ ਗਈਆਂ ਸਾਲ ਵੀ ਤੁਰ ਗਏ ਸਦੀਆਂ ਵੀ ਤੁਰ ਗਈਆਂ ਤੁਰ ਗਏ ਬੀਤ ਗਈ ਜੁਗ ਜੀ ਕਿੱਥੇ ਗਾਇਬ ਹੋ ਗਏ ਆਉਂ ਕੋਈ ਨਹੀਂ ਯੁੱਗ ਸੁਗ ਜੀ ਕਿੱਥੇ ਗਾਇਬ ਹੋ ਗਏ ਆਮ ਵੀ ਤੁਰ ਗਏ ਖਾਸ਼ ਵੀ ਤੁਰ ਗਏ ਆਮ ਵੀ ਤੁਰ ਗਏ ਖਾਸ਼ ਵੀ ਤੁਰ ਗਏ ਨਵੇਂ ਨਵੇਂ ਪੈ ਯੁੱਗ ਜੀ ਖਬਰੇ ਕੀ ਕਰਨਗੇ ਕੋਈ ਨਹੀਂ ਯੁੱਗ ਸੁਗ ਜੀ ਖਬਰੇ ਕੀ ਕਰਨਗੇ ਉਹ ਨਾਨਕੇ ਵੀ ਤੁਰ ਗਏ ਦਾਦਕੇ ਵੀ ਤੁਰ ਗਏ ਨਾਨਕੇ ਵੀ ਤੁਰ ਗਏ ਦਾਦਕੇ ਵੀ ਤੁਰ ਗਏ ਤੁਰ ਗਏ ਸਵਾਰ ਕੇ ਮਾਪੀ ਮੈਂ ਆਪਣਾ ਆਪਣਾ ਆਪ ਗਵਾ ਲਿਆ ਆਪੇ ਮੈਂ ਆਪਣਾ ਉਹ ਪਿੱਤਰ ਵੀ ਤੁਰ ਗਏ ਮਿੱਤਰ ਵੀ ਤੁਰ ਗਏ ਪਿੱਤਰ ਵੀ ਤੁਰ ਗਏ ਮਿੱਤਰ ਵੀ ਤੁਰ ਗਏ ਤੁਰ ਗਏ ਦੀਰਾਂ ਦੇ ਜਾਨੀ ਜੀ ਗਜਬ ਹੋ ਗਿਆ ਉਹ ਤੁਰ ਗਏ ਨਵੇਂ ਜਹਾਨੀ ਜੀ ਗਜਬ ਹੋ ਗਿਆ ਤੁਰ ਗਏ ਦਿਨ ਤੁਰ ਗਏ ਤੁਰ ਗਏ ਦਿਨਾਂ ਦੇ ਜਾਨੀ ਜੀ ਗਜਬ ਹੋ ਗਿਆ ਤੁਰ ਗਏ ਨਵੇਂ ਜਹਾਨੀ ਜੀ ਗਜਬ ਹੋ ਗਿਆ ਗਜਬ ਹੋ ਗਿਆ ਜੀ। ਚਲਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਬੜੀਆਂ ਡੂੰਘੀਆਂ ਗੱਲਾਂ ਅੱਜ ਥੋੜ੍ਹੀਆਂ ਜਿਹੀਆਂ ਜ਼ਿਆਦਾ ਹੀ ਡੂੰਘੀਆਂ ਸੀ ਔਰ ਕਈ ਚੀਜ਼ਾਂ ਯਾਦ ਕਰਾਉਂਦੀਆਂ ਜਦੋਂ ਇਹੋ ਜਿਹੀਆਂ ਗੱਲਾਂ ਜਾਨ ਸਾਹਿਬ ਕਰਦੇ ਨੇ ਕੋਈ ਸੁਣਾਉਂਦੇ ਨੇ ਤਾਂ ਕਈ ਚੀਜ਼ਾਂ ਯਾਦ ਜਦੋਂ ਆਉਂਦੀਆਂ ਨੇ ਤਾਂ ਉਹਦੇ 'ਚ ਫਿਰ ਸਾਨੂੰ ਫਲੈਸ਼ਬੈਕ ਦੇ ਵਿੱਚ ਅਸੀਂ ਜਾਂਦੇ ਹਾਂ ਸਾਨੂੰ ਇਉਂ ਲੱਗਦਾ ਕਿ ਵਾਕਈ ਇਹ ਗੱਲ ਜਿਹੜੀ ਇਹਨਾਂ ਨੇ ਕਹੀ ਆ ਇਹ ਫਲਾਨੇ ਸਮੇਂ 'ਤੇ ਫਲਾਨੇ ਨਾਲ ਹੋਈ ਸੀ ਇਹ ਗੱਲ ਜਿਹੜੀ ਹੈ ਫਲਾਨੇ ਸਮੇਂ ਫਲਾਨੇ ਨਾਲ ਹੋਈ ਸੀ ਸੋ ਇਹ ਵਧੀਆ ਲੱਗਦਾ ਗੱਲਬਾਤ ਕਰਕੇ ਕਿਉਂਕਿ ਪ੍ਰੋਗਰਾਮ ਦੀ ਅਗਰ ਗੱਲ ਕਰੀਏ ਤਾਂ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਹਰ ਰੰਗ ਜਿਵੇਂ ਗੁਲਦਸਤੇ ਦੇ ਵਿੱਚ ਹਰ ਫੁੱਲ ਹੁੰਦੇ ਨੇ ਹਰ ਤਰ੍ਹਾਂ ਦੇ ਫੁੱਲ ਹੁੰਦੇ ਨੇ ਵਿੱਚ ਪੱਤੇ ਵੀ ਹੁੰਦੇ ਨੇ ਫੁੱਲਾਂ ਦੇ ਨਾਲ ਅਤੇ ਕਈਆਂ ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਨੇ
ਸੋ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਦਾ ਗੁਲਦਸਤਾ ਜਿਹੜਾ ਇਹਦੇ 'ਚ ਵੀ ਇਹੀ ਕੋਸ਼ਿਸ਼ ਕਰੀਦੀ ਹੈ ਕਿ ਹਰ ਰੰਗ ਜਿਹੜਾ ਤੁਹਾਡੇ ਰੂਬਰੂ ਕੀਤਾ ਜਾਵੇ, ਚਾਹੇ ਉਹ ਹਾਸੇ ਠੱਠੇ ਦੀ ਗੱਲ ਹੋਵੇ, ਚਾਹੇ ਕੋਈ ਸੀਰੀਅਸ ਗੱਲ ਹੋਵੇ, ਚਾਹੇ ਸੱਭਿਆਚਾਰ ਦੀ ਗੱਲ ਹੋਵੇ, ਚਾਹੇ ਲੀਡਰਾਂ ਦੀ ਗੱਲ ਹੋਵੇ, ਚਾਹੇ ਬਾਬਿਆਂ ਦੀ ਗੱਲ ਹੋਵੇ, ਅਤੇ ਚਾਹੇ ਕੋਈ ਧਾਰਮਿਕ ਜਾਂ ਫਿਰ ਸਾਨੂੰ ਸਿੱਖਿਆ ਦੇਣ ਵਾਲੀ ਗੱਲ ਹੋਵੇ, ਹਰ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਇਹਦੇ 'ਚ ਕਰੀਦੀ ਹੈ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ ਅਤੇ ਨਾਲ ਦੀ ਨਾਲ ਵਿਸ਼ਾ ਜਿਹੜਾ ਉਹ ਵੀ ਮੇਰਾ ਖਿਆਲ ਮੈਂ ਬ੍ਰੇਕ ਤੋਂ ਬਾਅਦ ਹੀ ਤੁਹਾਡੇ ਨਾਲ ਸਾਂਝਾ ਕਰਾਂ, ਤਾਂ ਫਿਰ ਨਾਲ ਦੀ ਨਾਲ ਅਸੀਂ ਜੁੜ ਜਾਂਦੇ ਹਾਂ, ਨਾਲ ਦੀ ਨਾਲ ਉਸ ਵਿਸ਼ੇ 'ਤੇ ਪਹੁੰਚ ਜਾਂਦੇ ਹਾਂ। ਸੋ ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ 10 ਮਿੰਟ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਵਿਸ਼ੇ ਵੱਲ ਚੱਲਦੇ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਵੱਲ ਚੱਲਦੇ ਹਾਂ। ਅਕਸਰ ਗੱਲ ਕਰੀਦੀ ਹੈ, ਕਿਤੇ ਨਾ ਕਿਤੇ ਤਰੀਕੇ ਨਾਲ ਰਿਸ਼ਤਿਆਂ ਦੀ ਗੱਲ ਆ ਜਾਂਦੀ ਹੈ ਅਤੇ ਗੱਲ ਹੋ ਜਾਂਦੀ ਹੈ। ਕਹਿੰਦੇ ਪੁੱਤੀ ਗੰਢ ਪਵੇ ਸੰਸਾਰ, ਇਹ ਆਪਾਂ ਗੱਲ ਕਰੀਦੀ ਸੀ ਵੀ ਕੁੜੀਆਂ ਦੀ ਵੀ ਗੱਲ ਕਰੀ, ਲੋਹੜੀ ਦੀ ਵੀ ਗੱਲ ਕੀਤੀ ਸੀ, ਮੁੰਡਿਆਂ ਦੀ ਲੋਹੜੀ ਕਿਉਂ ਮਨਾਉਂਦੇ ਨੇ, ਅਤੇ ਬਹੁਤ ਸਾਰੇ ਸਾਡੇ ਦਰਸ਼ਕ ਕਹਿੰਦੇ ਵੀ ਵੰਸ ਅੱਗੇ ਜਿਹੜਾ ਉਹ ਪੁੱਤਰਾਂ ਨਾਲ ਹੀ ਵੱਧਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਬਿਲਕੁਲ ਸਹੀ ਗੱਲ ਆ। ਪਰ ਪਹਿਲੇ ਸਮਿਆਂ ਦਾ ਔਰ ਅੱਜ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ, ਇਹ ਵੀ ਨਾਲ ਨਾਲ ਗੱਲ ਕਰੀਦੀ ਹੈ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਦੇਖੀਏ, ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਵੀ ਦੇਖੀਦਾ ਕਿ ਪੁੱਤਰ ਮਾਂ ਬਾਪ ਦਾ ਧਿਆਨ ਨਹੀਂ ਰੱਖਦੇ, ਉਹ ਮਤਲਬ ਮਾਂ ਬਾਪ ਪਾਲਦੇ ਨੇ, ਕਿੰਨਾ ਔਖਾ ਜਦੋਂ ਹੁੰਦਾ ਨਿੱਕੇ ਹੁੰਦਿਆਂ ਤੋਂ, ਕਿੰਨੇ ਕਿੰਨੀਆਂ ਘਾੜਨਾ ਘਾੜਨੀਆਂ ਪੈਂਦੀਆਂ, ਕਿੱਥੇ ਛੱਡ ਛੱਡ ਕੇ ਪਾਲਦੇ ਨੇ, ਅਤੇ ਜਦੋਂ ਮੁੰਡਾ 25 ਸਾਲ ਦਾ ਹੋ ਜਾਂਦਾ ਬਹੁਤ ਸਾਰੇ ਘਰਾਂ ਦੇ ਵਿੱਚ ਫਿਰ ਉਹ ਕਹਿੰਦਾ ਡੋਂਟ ਸ਼ੋ ਯੂਅਰ ਫੇਸ, ਇੱਧਰਲੇ ਮੁਲਕ 'ਚ ਅੰਗਰੇਜ਼ੀ 'ਚ ਕਹਿੰਦੇ ਨੇ, ਪੰਜਾਬ ਦੇ ਵਿੱਚ ਪੰਜਾਬੀ 'ਚ ਕਹਿੰਦੇ ਨੇ। ਪਰ ਉਹਦੇ 'ਚ ਕਈ ਚੀਜ਼ਾਂ ਆ ਗਈਆਂ। ਅੱਜ ਮੈਂ ਵਿਸ਼ਾ ਇਸ ਕਰਕੇ ਰੱਖਿਆ ਕਿ ਇੱਕ ਵੀਡੀਓ ਤਾਜ਼ੀ ਤਾਜ਼ੀ ਵਾਇਰਲ ਹੋਈ ਹੈ, ਕਨੇਡਾ ਤੋਂ ਸ਼ਾਇਦ ਕੋਈ ਬਜ਼ੁਰਗ ਵਾਪਸ ਗਏ ਨੇ, ਕਨੇਡਾ ਤੋਂ ਗਏ ਨੇ, ਆਪਦੇ ਮੁੰਡੇ ਕੋਲ ਆਏ ਸੀਗੇ, ਅਤੇ ਉਹ ਕੀ ਉਹਨਾਂ ਬਾਰੇ ਕਹਿੰਦੇ ਨੇ, ਕੀ ਗੱਲਬਾਤ ਹੋਈ ਹੈ, ਸ਼ਾਇਦ ਸਾਡੇ ਬਾਰੇ ਦਰਸ਼ਕਾਂ ਨੇ ਦੇਖੀ ਹੋਵੇ, ਪਰ ਮੈਂ ਸਾਂਝੀ ਕਰਨਾ, ਵੀਡੀਓ ਮੈਂ ਦਿਖਾਉਣੀ ਚਾਹੁੰਦਾ ਸੀ। ਅਤੇ ਵੀਡੀਓ ਦੇ ਵਿੱਚ ਉਹਨੇ ਪਿਆਰ ਮੁਹੱਬਤ ਹੀ ਇੰਨਾ ਦਿਖਾਇਆ ਆਪਣੇ ਮੁੰਡੇ ਦੇ ਨਾਲ, ਅਤੇ ਉਹ ਵੀਡੀਓ ਜੇ ਮੈਂ ਦਿਖਾਉਂਦਾ ਵੀ ਤਾਂ ਉਹ 'ਚ ਮੈਨੂੰ ਲੱਗਦਾ ਟੂੰ ਟੂੰ ਬਾਹਲੀ ਵੇਰ ਲਾਉਣੀ ਪੈਣੀ ਸੀ, ਇਸ ਕਰਕੇ ਵੀਡੀਓ ਨਹੀਂ ਦਿਖਾਉਂਦਾ। ਮੈਂ ਹੀ ਗੱਲ ਕਰ ਲਈ, ਬਜ਼ੁਰਗ ਨੂੰ ਕੋਈ ਪੁੱਛ ਰਹੇ ਨੇ ਵੀ ਬਾਪੂ ਜੀ ਕਨੇਡਾ ਕਿਵੇਂ ਰਿਹਾ, ਤੁਹਾਡਾ ਕਿਵੇਂ ਰਿਹਾ, ਉਹ ਗਾਲ ਕੱਢ ਕੇ ਕਹਿੰਦਾ ਵੀ ਕੋਈ ਵੀ ਆਪਣੇ ਬਾਹਰਲੇ ਮੁਲਕਾਂ 'ਚ ਕਨੇਡਾ 'ਚ ਅਮਰੀਕਾ ਆਪਣੇ ਮੁੰਡੇ ਕੁੜੀ ਕੋਲ ਨਾ ਜਾਓ। ਉਹ ਕਹਿੰਦੇ ਜੀ ਮੁੰਡਾ ਕੁੜੀ ਸਭ ਕੁਛ ਹੁੰਦਾ, ਬੱਚੇ ਸਭ ਕੁਛ ਹੁੰਦੇ, ਬੱਚਿਆਂ ਵਾਸਤੇ ਬੰਦਾ ਕਰਦਾ ਸਾਰੀ ਉਮਰ ਮਰ ਜਾਂਦਾ, ਇਹ ਬੱਚੇ ਸਾਡੇ ਸੁਖੀ ਰਹਿਣ, ਤਾਂ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ। ਉਹਨਾਂ ਨੇ ਫਿਰ ਡਿਟੇਲ ਦੱਸੀ ਵੀ ਉੱਦਾਂ ਸਾਨੂੰ ਨਹੀਂ ਬੁਲਾਇਆ ਸੀ ਬਾਹਰਲੇ ਮੁਲਕਾਂ 'ਚ, ਕਨੇਡਾ ਦੇ ਵਿੱਚ ਨਹੀਂ ਬੁਲਾਇਆ ਸੀ, ਜਦੋਂ ਫਿਰ ਨਿਆਣਾ ਨਿੱਕਾ ਹੋਇਆ ਅਤੇ ਉਦੋਂ ਫਿਰ ਸਮੇਂ ਨੂੰ ਕਹਿੰਦੇ ਵੀ ਬਾਪੂ ਤੂੰ ਆ ਜਾ, ਕਿਉਂਕਿ ਬੇਬੇ ਉਹਨਾਂ ਦੀ ਹੈ ਨਹੀਂ ਸੀ, ਅਤੇ ਮੈਨੂੰ ਫਿਰ ਉਹਨਾਂ ਨੇ ਕਿਹਾ ਵੀ ਬਾਪੂ ਤੂੰ ਆ ਜਾ। ਮੈਂ ਕਹਿੰਦਾ ਕਨੇਡਾ ਚਲੇ ਗਿਆ, ਅਤੇ ਜਵਾਕ ਜਿਹੜਾ ਹੁਣ 4 ਸਾਲ ਦਾ ਕਰਕੇ, ਜਦੋਂ 4 ਸਾਲ ਦਾ ਹੋ ਗਿਆ, ਆਪਣਾ ਸਾਹਮਣਾ ਸਮਝਾਉਣ ਚੁੱਕਾ ਹੋ ਗਿਆ, ਅਤੇ ਮੈਨੂੰ ਕਹਿੰਦਾ ਉਹਨਾਂ ਨੇ ਫਿਰ ਇੰਡੀਆ ਭੇਜ ਤਾ, ਵੀ ਅਸੀਂ ਜਵਾਕ ਸਾਂਭਣ ਵਾਸਤੇ ਬਜ਼ੁਰਗ ਹੁਣ ਰਹਿ ਗਏ ਹਾਂ। ਅਤੇ ਦੂਜੀ ਜਿਹੜੀ ਉਹਨੇ ਗੱਲ ਕਹੀ ਹੈ, ਬੜੀ ਕੈਲਕੂਲੇਟਡ ਜੀ ਗੱਲ ਕਹੀ ਹੈ, ਵੀ ਕਨੇਡਾ ਦੇ ਵਿੱਚ ਨਿਆਣਾ ਇੱਦਾਂ ਘਰ ਸਾਂਭਣ ਨੂੰ ਜਾ ਕੇ ਤਾਂ ਛੱਡਦੇ ਹਾਂ ਨੈਣੀ ਕੋਲ, ਤਾਂ $1500 ਮਹੀਨੇ ਦਾ ਉਹ ਲੈਂਦੇ ਨੇ। ਹਾਂ 1500 ਇੰਨਾ ਲੈਂਦੇ ਹੋਣਗੇ ਬੱਚਾ ਸਾਂਭਣ ਦਾ, ਜਿਹੜਾ 5-7-8 ਘੰਟੇ 10 ਘੰਟੇ ਸਾਂਭਣਾ, 1500 ਕਹਿੰਦਾ ਲੈਂਦੇ ਨੇ। ਅਤੇ ਹਿਸਾਬ ਲਾ ਲਓ ਵੀ 4 ਸਾਲ ਮੈਂ ਲਾਏ ਨੇ, ਦੱਸੀ ਜਿਹੜਾ 4 ਸਾਲਾਂ ਦੇ ਕਿੰਨੇ ਬਣ ਗਏ, 4 ਸਾਲ ਕਹਿੰਦਾ ਮੈਂ ਉਹਨਾਂ ਦਾ ਜਵਾਕ ਸਾਂਭ ਕੇ ਆਇਆ, ਮਤਲਬ ਇਹ ਨਾਲੇ ਜਵਾਕ ਸਾਂਭਿਆ ਅਤੇ ਨਾਲੇ ਕਹਿੰਦਾ ਉਹਨਾਂ ਨੂੰ ਕਮਾਈ ਕਰਕੇ ਦੇ ਕੇ ਆਇਆ ਇੱਕ ਕਿਸਮ ਦੀ। ਉਹ ਕਹਿੰਦੇ ਜੀ 15 ਹੋ ਗਿਆ ਜੀ, ਲਗਭਗ ਇਹ 18,000 ਹੋ ਗਿਆ ਸਾਲ ਦਾ, 18,000 ਹੋ ਗਿਆ, ਤਾਂ ਹਿਸਾਬ ਲਾ ਲਓ ਕਹਿੰਦੇ 18,000 ਸਾਲ ਦਾ ਹੋ ਗਿਆ, 4 ਸਾਲ ਦਾ ਕਿੰਨਾ ਹੋ ਗਿਆ। ਅਤੇ ਉਹ ਕਹਿੰਦੇ ਵੀ ਮਤਲਬ ਕਿੰਨੇ ਕਰੋੜਾਂ ਰੁਪਈਆ ਉਹਨਾਂ ਨੇ ਦੱਸਿਆ ਵੀ ਇਹ ਬਣ ਗਿਆ। ਸਵਾਲ ਇਹ ਉੱਠਦਾ ਹੈ ਕਿ ਕੀ ਇਹ ਹੈ ਵਾਕਿਆ ਹੀ ਹੈਗਾ ਜਾਂ ਕਿਤੇ ਨਾ ਕਿਤੇ ਕੋਈ ਹੋਰ ਵੀ ਗੜਬੜ ਹੈਗੀ ਆ, ਕਿਉਂਕਿ ਬਾਹਲੇ ਬਜ਼ੁਰਗ ਜਿਹੜੇ ਹੈਗੇ ਨੇ ਜਾਂ ਉਹਨਾਂ ਦੀ ਫੀਲਿੰਗ ਹੈ ਸਿਰਫ ਕਿ ਉਹਨਾਂ ਨੂੰ ਇਹ ਲੱਗਦਾ, ਹਾਲਾਂਕਿ ਅਸੀਂ ਘਰ ਦੇ ਵਿੱਚ ਬੈਠੇ ਹਾਂ ਅਤੇ ਘਰ ਦੇ ਵਿੱਚ ਸਾਰੇ ਕੰਮ ਕਰਨੇ ਪੈਂਦੇ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਹੈ ਕਿ ਨਹੀਂ ਯਾਰ ਵੀ ਸਾਡੇ ਨਾਲ ਇਹ ਗਲਤ ਹੋ ਰਿਹਾ ਕਿ ਅਸੀਂ ਤਾਂ ਉੱਥੇ ਇਹ ਸੀ ਉਹ ਸੀ, ਇੱਥੇ ਨਿਆਣੇ ਸਾਂਭਾਂਗੇ। ਵੈਸੇ ਬਹੁਤ ਸਾਰਿਆਂ ਦੀ ਆਦਤ ਹੁੰਦੀ ਹੈ, ਸਾਡੇ ਵੀ ਇੱਕ ਸੀਗੇ, ਮੇਰੇ ਤਾਏ ਦਾ ਮੁੰਡਾ ਸੀ, ਤਾਂ ਉਹਨੂੰ ਨੌਕਰੀ ਜਦੋਂ ਮਾਸਟਰ ਦੀ ਨੌਕਰੀ ਮਿਲ ਗਈ ਟੀਚਰ ਦੀ JBT ਤੋਂ ਬਾਅਦ, ਤਾਂ ਉਹਨੇ ਇਹ ਕਹਿ ਕੇ ਨੌਕਰੀ ਨਹੀਂ ਕੀਤੀ, ਮੈਂ ਹੁਣ ਨਿਆਣਿਆਂ ਦੀਆਂ ਨਲੀਆਂ ਸਾਫ਼ ਕਰਦਾ ਫਿਰੂੰਗਾ। ਇੱਧਰਲੇ ਮੁਲਕਾਂ ਦੀ ਗੱਲ ਕਰੀਏ, ਬਜ਼ੁਰਗਾਂ ਦੀ ਆਪਾਂ ਅਕਸਰ ਗੱਲ ਕਰੀਏ, ਬਜ਼ੁਰਗਾਂ ਦੇ ਹੱਕ ਦੀ ਗੱਲ ਕਰੀਦੀ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਨਹੀਂ ਹੋਏਗੀ, ਬਹੁਤ ਸਾਰੇ ਘਰਾਂ ਦੇ ਵਿੱਚ ਬੜਾ
ਇਤਫਾਕ ਹੈ, ਸਕੂਨ ਹੈ, ਸਾਰਿਆਂ ਨੂੰ ਇਹ ਲੱਗਦਾ ਹੈ। ਜੇ ਚਲੋ ਜੇ ਅਸੀਂ ਸਾਂਭੇ ਦੀ ਗੱਲ ਕਰੀਏ ਤਾਂ ਬਜ਼ੁਰਗ ਦਾ ਵੀ ਤਾਂ ਕੁਛ ਲੱਗਦਾ ਹੀ ਸੀ ਉਹ। ਇਹਦੇ ਬਾਰੇ ਕਿੱਥੇ ਕਿਹੜਾ ਬੰਦਾ ਸਹੀ ਹੈ, ਕਿਹੜਾ ਬੰਦਾ ਗਲਤ ਹੈ, ਕੀ ਲੱਗਦਾ ਤੁਹਾਨੂੰ? ਆਪਾਂ ਤੁਹਾਡੀ ਕਾਲਾਂ ਲੈ ਕੇ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ। ਵਿਸ਼ਾ ਵੈਸੇ ਮੈਂ ਲੈ ਕੇ ਆਇਆ ਸੀਗਾ ਵੀ ਜਿਹੜੇ ਅਸੀਂ ਨਿਆਣਿਆਂ ਨੂੰ ਛੱਡਣਾ ਪੈਂਦਾ ਮਜਬੂਰੀ ਬਸ ਕਹਿ ਲਓ, ਚਾਹੇ ਨੈਣੀ ਕੋਲ ਕਹਿ ਲਓ, ਚਾਹੇ ਇੰਡੀਆ ਦੇ ਵਿੱਚ ਮੇਡ ਕੋਲ ਕਹਿ ਲਓ, ਚਾਹੇ ਕਿਸੇ ਕੋਲ ਕਹਿ ਲਓ, ਜਾਂ ਕੰਮ ਵਾਲੀਆਂ ਕੋਲ ਛੱਡਣਾ ਪੈਂਦਾ, ਅਤੇ ਉਹ ਮਤਲਬ ਕਿੰਨਾ ਕੁ ਸਹੀ ਸੀ। ਮੈਂ ਵਿਸ਼ਾ ਉਹ ਲਿਆ ਸੀ, ਪਰ ਮੈਂ ਹੁਣ ਆਹ ਦੇਖ ਕੇ ਮੈਂ ਕਿਹਾ ਵੀ ਇੱਧਰ ਨਾਲ ਸੰਬੰਧਿਤ ਵਿਸ਼ਾ ਹੈਗਾ, ਇਹੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵੀ ਉਹ ਬਜ਼ੁਰਗ ਦਾ ਇਹ ਕਹਿਣਾ ਹੈ ਕਿ ਤੁਸੀਂ ਆਪਣੇ ਮੁੰਡੇ ਕੁੜੀ ਕੋਲ ਨਹੀਂ ਜਾਣਾ। ਅਗਰ ਇਹ ਸੋਚ ਬਣ ਗਈ ਸਾਰਿਆਂ ਦੀ, ਇਹ ਮਾਹੌਲ ਸਾਰੇ ਬਣ ਗਿਆ, ਤਾਂ ਕੀ ਅੱਗੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ, ਕਿਹੋ ਜਿਹਾ ਮਾਹੌਲ ਹੋਏਗਾ, ਕੀ ਘਰਾਂ ਦੇ ਵਿੱਚ ਰਿਸ਼ਤੇ ਨਾਤੇ ਹੋਣਗੇ, ਕੀ ਘਰਾਂ ਦੇ ਵਿੱਚ ਇਤਫਾਕ ਹੋਏਗਾ, ਇਹ ਗੱਲਾਂ ਬਾਤਾਂ ਕਰਨੀਆਂ। ਤੁਹਾਡੇ ਕਾਲਾਂ ਸਿਲਸਿਲੇ ਸ਼ੁਰੂ ਕਰਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ। ਹਾਂਜੀ, ਕੌਣ ਬੋਲਦੇ? ਮੈਂ ਕਮਲਜੀਤ ਬੋਲਦੀ। ਮੈਡਮ ਟੀਵੀ ਦੀ ਆਵਾਜ਼ ਘੱਟ ਕਰੋ ਜੀ ਪਹਿਲਾਂ, ਤਾਂ ਗੱਲ ਬਣਨੀ। ਓਕੇ ਜੀ। ਹਾਂਜੀ ਹਾਂਜੀ, ਹੋਰ ਸੁਣਾਓ, ਠੀਕ ਹੋ ਜੀ? ਸਿੱਤਾ? ਹਾਂਜੀ ਠੀਕ ਠੀਕ, ਤੁਸੀਂ ਸੁਣਾਓ? ਵਧੀਆ ਜੀ, ਕੀ ਕਹਿਣਾ ਚਾਹੁੰਦੇ ਆ? ਆਹ ਵੀਡੀਓ ਇੱਕ ਕਨੇਡਾ ਦੀ ਵਾਇਰਲ ਹੋਈ ਹੈ। ਵੈਸੇ ਇਹ ਵੀ ਅਸੀਂ ਅਕਸਰ ਗੱਲ ਕਰੀ ਦੀ ਕਿ ਸਾਰੇ ਘਰਾਂ ਦੀ ਅਸੀਂ ਗੱਲ ਨਹੀਂ ਕਰਦੇ, ਪਰ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਮਾਹੌਲ ਹੈਗਾ। ਹੈਲੋ, ਫੋਨ ਕੱਟ ਗਿਆ ਜੀ, ਦੁਬਾਰਾ ਫੋਨ ਕਰ ਸਕਦੇ ਹੋ, ਦੁਬਾਰਾ ਗੱਲਬਾਤ ਕਰ ਸਕਦੇ ਹੋ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਥੋੜ੍ਹੀ ਘੱਟ ਕਰ ਹੋਊਗੀ ਜੀ। ਹਾਂਜੀ ਹਾਂਜੀ, ਤੁਹਾਡੇ ਵਿਚਾਰ ਵੀ ਕਾਫੀ ਬਹੁਤ ਵਧੀਆ ਹੁੰਦੇ ਆ ਇਹਨਾਂ ਮਾਮਲਿਆਂ 'ਚ ਗੱਲਬਾਤ, ਅਤੇ ਇਸ ਮਾਮਲੇ 'ਚ ਤੁਹਾਡੇ ਕੀ ਵਿਚਾਰ ਨੇ ਜੀ? ਨਹੀਂ ਦੇਖ ਜੀ ਸਾਹਿਬ, ਸਾਰੇ ਦੁਬਾਰਾ ਮਿਸਾਲ ਦੇ ਦੇਣਾ ਹੈ, ਪੁੱਛ ਲੈਣਾ ਆ ਵੀ ਜੇ ਤੂੰ ਕੈਨੇਡਾ ਆਉਂਦਾ ਹੀ ਨਾ ਹੈ, ਤੇ ਫੇਰ ਤੂੰ ਆਪਣੇ ਪੁੱਤ ਨੂੰ ਕਮਾਈ ਕਿੱਥੋਂ ਦੇਣ ਦਾ ਕਰਕੇ ਕਹਿੰਦਾ ਨਾ ਮੈਂ ਕਮਾਈ ਕਰਕੇ ਦੇ ਦਿੱਤੀ ਮੁੰਡਾ ਸੁਨਿਆਣਾ ਸਾਂਭਤਾ ਉਹਦਾ, ਉਹਨੂੰ ਪੈਸੇ ਕਮਾ ਕੇ ਦੇ ਤੇ, ਕੀ ਤੂੰ ਇੰਡੀਆ ਰਹਿ ਕੇ ਉਹਨੂੰ ਕਮਾ ਕੇ ਦੇ ਸਕਦਾ ਸੀ? ਕਮਾ ਕੇ ਕਮਾਈ ਹੈਗੀ, ਪੁੱਤ ਪੋਤੇ ਪੋਤੀਆਂ ਗਾਹਾਂ ਜਿਹੜੀ ਇਹ ਕਮਾਈ ਹੈ, ਇਹ ਵੀ ਇਹਦੇ ਵੱਲ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਮੇਰੇ ਖਿਆਲ। ਉਹ ਤਾਂ ਨਹੀਂ, ਜੱਗੀ ਸਾਹਿਬ ਸਾਰੇ ਕਰਦੇ ਆ ਜੇ ਅੱਜ ਅਸੀਂ ਸਾਰੇ, ਸਾਨੂੰ ਵੀ ਕਿਹੜੇ ਸਾਂਭੇ ਹੋਊ ਜਦੋਂ ਅਸੀਂ ਵੀ ਨਿਆਣੇ ਹੋਵਾਂਗੇ? ਇਹ ਤਾਂ ਰੁਟੀਨ ਹੀ ਬਣੀ ਆ, ਇਹ ਕੋਈ ਆਸਾਨ ਵਾਲੀ ਗੱਲ ਨਹੀਂ ਹੁੰਦੀ। ਹਾਂਜੀ ਹਾਂਜੀ, ਵੀ ਲੇਡੀਜ਼ ਕੰਮ ਨਹੀਂ ਕਰਦੀਆਂ ਸੀ, ਹੁਣ ਲੇਡੀਜ਼ ਕੰਮ ਕਰਦੀ। ਬਹੁਤ ਸਾਰੇ ਬਜ਼ੁਰਗਾਂ ਨੇ, ਮੈਂ ਅਸੀਂ ਇੰਟਰਵਿਊ ਕੀਤੀਆਂ ਸੀ ਬਕਾਇਦਾ, ਔਰ ਬਹੁਤ ਸਾਰੇ ਬਜ਼ੁਰਗਾਂ ਨੇ ਉਹ ਕਹਿੰਦੇ ਜੀ ਸਾਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਅਸੀਂ ਸਿਰਫ ਤੇ ਸਿਰਫ ਨਿਆਣਿਆਂ ਦੇ ਪੋਤਰੇ ਬਦਲਣ ਵਾਸਤੇ ਦੇਖ ਜੱਗੀ ਚ ਮੈਂ ਦੱਸਾਂ, ਅਸੀਂ ਆਪਣਾ ਮੁੰਡਾ ਵੀ ਪਾਲਿਆ, ਪੋਤਾ ਵੀ ਪਾਲਿਆ, ਪੜੋਤਾ ਵੀ ਪਾਲਦੇ, ਸਾਨੂੰ ਤਾਂ ਕੋਈ ਔਖਾ ਲੱਗਾ ਨਹੀਂ। ਨਹੀਂ ਨਹੀਂ, ਤੁਹਾਡੀ ਇਹ ਗੱਲ ਨਹੀਂ ਕਰਦੇ, ਅਸੀਂ ਇਹਨਾਂ ਉਹਨਾਂ ਘਰਾਂ ਦੀ ਗੱਲ ਕਰਦੇ ਜਿਹਨਾਂ ਘਰਾਂ ਦੇ ਵਿੱਚ ਇਹ ਮਾਹੌਲ ਹੈਗਾ ਵੀ ਉੱਥੇ ਕੀ ਤੁਹਾਡੀ ਗੱਲ ਬਿਲਕੁਲ ਸਹੀ ਆ, ਇਹ ਕੰਪਲੇਂਟ ਹੈਗੀ ਆਮ, ਪਰ ਇਹ ਡਿਪੈਂਡ ਕਰਦਾ ਪਰਿਵਾਰ ਤੇ, ਪਰਿਵਾਰ ਕਿਹੋ ਜਿਹਾ ਠੀਕ ਨੇ ਜੀ। ਉਦਾਂ ਤਾਂ ਬੱਚੇ ਜਿਹੜੇ ਜਿਹੜਾ ਹੁੰਦਾ ਨਾ ਵਿਆਜ ਮੂਲ ਨਾਲੋਂ ਵਿਆਜ ਪਿਆਰਾ, ਬਾਬੇ ਦਾਦੀਆਂ ਤਾਂ ਚਲੋ ਪਿਆਰ ਨਾਲ ਹੀ ਪਾਲਦੇ ਬੱਚਿਆਂ ਨੂੰ ਹੈ, ਜੇ ਕੋਈ ਆਸਾਨ ਕਰੇ ਆਪਣੇ ਪੋਤੇ ਮੈਂ ਤੇਰਾ ਮੁੰਡਾ ਪਾਲ ਦਿੱਤਾ ਧੀ ਪਾਲ ਦਿੱਤੀ, ਉਹ ਕੋਈ ਏਡੀ ਗੱਲ ਨੀ ਹੈਗੀ, ਤੇ ਉਹ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ। ਹੁਣ ਜਦੋਂ ਮੇਰਾ ਨੌਂ ਪੁੱਤ ਅਮੈਰੀਕਾ ਆਏ ਆ, ਤੇ ਸਾਰਾ 1.5 ਸਾਲ ਦਾ ਪੋਤਾ ਸੀ ਮੇਰਾ, ਮੈਂ ਇੰਡੀਆ ਰੱਖ ਲਿਆ ਸੀ ਉਹਨੂੰ, ਮੈਂ ਕਿਹਾ ਤੁਸੀਂ ਜਾਓ ਭਾਈ ਕਮਾਈ ਕਰੋ ਕੁਛ ਆਪਣਾ ਪੈਰ ਜਮਾ ਲਓ, ਤੇ ਮੈਂ 6 ਸਾਲ ਦਾ ਕਰਕੇ ਲਿਆ ਸੀ ਇੱਥੇ। ਆਪਾਂ ਗੱਲ ਕਰਦੇ ਸੀਗੇ, ਇਹ ਠੀਕ ਹੈ, ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਇਹੋ ਜਿਹਾ ਕਰਨਾ ਚਾਹੀਦਾ। ਪਰ ਅਸੀਂ ਕੀ ਕਈ ਜਗ੍ਹਾ ਹੋ ਸਕਦਾ ਨੂੰਹ ਪੁੱਤ ਦਾ ਵੀ ਕਿਸੇ ਦਾ ਕਸੂਰ ਹੋ ਸਕਦਾ ਕਈ ਕੇਸਾਂ ਦੇ ਵਿੱਚ? ਨਹੀਂ ਨਹੀਂ ਕਾਫੀ ਆਪਣੀ ਤਾਕਤ ਰੱਖਦੇ ਆ ਆਪਣੇ, ਤੇ ਫੇਰ 9 ਪੁੱਤ ਕਿੱਦਾਂ ਚੜ ਜਾਣਗੇ? ਠੀਕ ਨਹੀਂ, ਇਹ ਡਿਪੈਂਡ ਕਰਦਾ ਹਰ ਪਰਿਵਾਰ ਦੀ ਵੱਖਰੋ ਕੀ ਕਹਾਣੀ ਆ, ਤੇ ਇਹ ਗੱਲ ਹੈਗੀ ਆ ਵੀ ਇਸ ਕਰਕੇ ਜਿੱਧਰ ਮਰਜ਼ੀ ਲਾ ਲਈ ਆਪਾਂ, ਹਰ ਪਰਿਵਾਰ ਦੀ ਕਹਾਣੀ ਵੱਖਰੀ ਵੱਖਰੀ ਹੋ ਸਕਦੀ। ਠੀਕ ਨਹੀਂ, ਤੇ ਆਪਾਂ ਐਵੇਂ ਦੋਸ਼ ਹੀ ਦੇਈ ਜਾਈਏ 9 ਪੁੱਤ ਨੂੰ, ਦੋ ਉਹ ਵੀ ਗੱਲ ਨਹੀਂ ਹੈਗੀ। ਠੀਕ ਨਹੀਂ, ਹਾਂਜੀ ਸਾਰਾ ਕੁਛ ਹੀ ਬਰਾਬਰ, ਹਾਂ ਉਹ ਵੀ ਦੋਸ਼ ਨਹੀਂ ਦੇਣਾ ਚਾਹੀਦਾ। ਹਾਂਜੀ, ਦੋਸ਼ ਨਹੀਂ ਦੇਣਾ ਚਾਹੀਦਾ, ਜੋ 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 ਕੁਛ ਸਾਡੇ ਤੋਂ ਸਰਦਾ ਸਾਨੂੰ ਕਰ ਦੇਣਾ ਚਾਹੀਦਾ, ਆਸਾਨ ਨਹੀਂ ਜਿਤਾਉਣਾ ਚਾਹੀਦਾ ਜੀ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ, ਬਿਲਕੁਲ ਗੱਲਾਂ ਆਪੋ ਆਪਣੀ ਜਗ੍ਹਾ ਸਾਰੀਆਂ ਹੈਗੀਆਂ। ਹੈਲੋ ਹੈਲੋ ਹੈਲੋ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ ਜੀ। ਹੈਲੋ
ਹਲੋ ਜੱਗੀ ਸਾਹਿਬ। ਹਾਂਜੀ ਹਾਂਜੀ ਪੈਰੀ ਪਿੰਨਾ ਜੀ, ਠੀਕ ਠਾਕ ਹੋ? ਜਿਉਂਦਾ ਵਾਦਾ ਤੇ ਲੰਬੀ ਉਮਰ ਆ। ਹੁਣ ਤੂੰ ਹੁਣ ਆਪਾਂ ਉਸ ਵਿਸ਼ੇ ਤੇ ਗੱਲ ਕਰਨੀ ਹੈ ਵੀ ਜਿਹੜਾ ਤੂੰ ਮੈਥੋਂ ਗੱਲ ਪੁੱਛੇ ਉਸ ਦੀ ਗੱਲਾਂ ਤਾਂ ਆਪਾਂ ਸਾਰੀਆਂ ਸੁਣ ਲਿਆ। ਬਿਲਕੁਲ ਬਿਲਕੁਲ ਜੀ। ਕੇ ਵੀ ਸਿੰਘ ਦੇ ਪ੍ਰਤਾਪ ਸਿੰਘ ਬਾਜਵਾ ਦੀਆਂ ਰਿਆਲ ਸਾਹਿਬ ਦੇ ਸਭ ਸੁਣ ਲਿਆ ਆਪਾਂ, ਤੇ ਹੁਣ ਕਿਹੜੇ ਕਿਹੜੀ ਗੱਲ ਮੈਥੋਂ ਪੁੱਛਣੀ ਉਹ ਦੱਸੋਗੇ ਮੈਂ ਤੈਨੂੰ। ਮੈਂ ਪੁੱਛਿਆ ਵੀ ਇੱਕ ਵੀਡੀਓ ਵਾਇਰਲ ਹੋਈ ਸੀਗੀ, ਉਹ ਕਹਿੰਦੇ ਜੀ ਮੈਂ ਆਪਦੇ ਮੁੰਡੇ ਕੋਲ ਕਨੇਡਾ ਕੋਈ ਬੰਦਾ ਆਇਆ ਸੀ ਵੀ 4 ਸਾਲ ਮੈਂ ਨਿਆਣਾ ਪਾਲਿਆ, 4 ਸਾਲ ਬਾਅਦ ਮੈਨੂੰ ਨਿਵਾਸ ਭੇਜ ਦਿੱਤਾ ਅਤੇ $1500 ਮਹੀਨੇ ਦੇ ਲੈਂਦੇ ਆ ਉੱਥੇ ਨਿਆਣਾ ਸਾਂਭਣ ਵਾਲੀ, ਵੀ ਇਹ ਆਪਣੇ ਕਿਸੇ ਧੀ ਪੁੱਤ ਕੋਲ ਬਾਹਰਲੇ ਮੁਲਕਾਂ 'ਚ ਨਾ ਜਾਇਓ। ਬਜ਼ੁਰਗ ਦੀ ਵਰਡਿੰਗ ਇਹ ਸੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਜ਼ੁਰਗ ਦੀ ਵੀ ਗਲਤੀ ਹੋ ਸਕਦੀ ਜਾਂ ਨੂੰਹ ਪੋਤੀ ਵੀ ਹੋ ਸਕਦੀ? ਬਾਹਰਲੇ ਮੁਲਕ 'ਚ ਨਾ ਜਾਇਓ? ਹਾਂ, ਮਤਲਬ ਧੀ ਪੁੱਤ ਕੋਲ ਨਾ ਜਾਇਓ ਨਿਆਣੇ ਸਾਂਭਣ ਵਾਸਤੇ। ਭਾਈ ਡੋਲੀ ਦੇ ਪਿੰਡਾਂ ਦੀ ਤੇ ਉੱਥੇ ਨਾ ਜਿਹੜਾ ਭਾਈ ਡੋਲੀ ਬਹੁਤ ਵਧੀਆ ਮਹੱਤਵਪੂਰਨ ਗੁਰਦੁਆਰਾ ਹੈਗਾ ਤੇ ਉੱਥੇ ਖੇਡ ਹੋਈ ਹੈਗੀ ਤੇ ਪਿੰਡਰਾ ਹਾਰ ਗਿਆ ਹੈ ਨਾ, ਤੇ ਉਦੋਂ ਬਸ ਕੁੱਟਣੀ ਲੱਗ ਗਈ ਤੇ ਸਾਡੇ ਪਿੰਡ ਵੀ ਟੂਰਨਾਮੈਂਟ ਹੋਇਆ ਸੀਗਾ। ਹੈ ਮੇਰੇ ਗੱਲ ਸਮਝ ਨਹੀਂ ਆਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਨਾਲ ਕੋਈ ਸੰਬੰਧਤ ਆਪਣੇ ਨਾਲ ਹੈ? ਹਾਂ, ਤੇ ਫਿਰ ਦੇਖੋ ਸਾਰੀਆਂ ਗੱਲਾਂ ਸੁਣੀਆਂ ਆਪਾਂ, ਤੇ ਜੱਗੀ ਸਾਹਿਬ ਤੁਸੀਂ ਤਾਂ ਵਿਸ਼ਾ ਬਹੁਤ ਸਾਰੇ ਗੱਲ ਬਹੁਤ ਅਣਜਾਣ ਸਾਂਭਦਾ ਵਧੀਆ ਸੀਗਾ, ਸਾਰੇ ਜੋ ਜੋ ਜਿੰਨੇ ਕਿਸੇ ਨੇ ਵਿਚਾਰ ਦਿੱਤੇ ਵਧੀਆ ਦਿੱਤੇ, ਇੰਨਾ ਸੋਹਣਾ ਵਿਚਾਰ ਆਉਣਾ ਹੈ, ਇੰਨਾ ਸਾਨੂੰ ਕਈ ਵਾਰੀ ਹਾਸਾ ਵੀ ਆ ਵੀ ਜੱਗੀ ਸਾਹਿਬ ਬਹੁਤ ਗੱਲਾਂ ਕਰਦਾ ਹੈਗਾ ਤੇ ਪਰ ਸਾਡਾ ਤਾਂ ਜੀ ਲਵਾ ਦੇਣਾ ਜੱਗੀ ਸਾਹਿਬ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਆਸ਼ੀਰਵਾਦ ਆ ਤੁਹਾਡਾ। ਹੈਲੋ ਹੈਲੋ, ਇਹ ਹੈ ਜੀ ਏਰੀਆ ਕੋਡ 530530, ਏਰੀਆ ਕੋਡ ਹੈ, ਕਾਲ ਮੈਂ ਤੁਹਾਡੀ ਹੋਲਡ ਕਰਨ ਲੱਗਾ ਅਤੇ ਬ੍ਰੇਕ ਫਿਰ ਲੈ ਲੈਂਦਾ, ਮੈਂ ਕਾਲਾਂ ਹੋਲਡ ਕਰਤੀਆਂ, ਬ੍ਰੇਕ ਲੈਣੀ ਪੈਣੀ ਆ। ਗੱਲ ਅਸਲ 'ਚ ਮੁੱਕਦੀ ਇਹ ਆ ਵੀ ਵਿਸ਼ੇ ਜਿਹੜੇ ਇੱਧਰ ਨਾਲ ਸੰਬੰਧਿਤ ਹੈਗੇ ਆ ਉਹ ਕਦੇ ਕਦੇ ਰੱਖਣ ਦੀ ਕੋਸ਼ਿਸ਼ ਕਰੀ ਹੈ, ਉਹਦੇ ਵਿੱਚੋਂ ਕੁਝ ਚੰਗੀਆਂ ਗੱਲਾਂ ਜਿਹੜੀਆਂ ਨਿਕਲ ਆਉਂਦੀਆਂ ਨੇ। ਔਰ ਇਹ ਸਮੱਸਿਆ ਤਕਰੀਬਨ ਜ਼ਿਆਦਾ ਨਹੀਂ ਤਾਂ ਮੇਰਾ ਖਿਆਲ 40-50% ਘਰਾਂ ਦੀ ਹੋਏਗੀ, ਬਜ਼ੁਰਗਾਂ ਨੂੰ ਇਹ ਸਮੱਸਿਆ ਹੈਗੀ ਹੈ, ਬਜ਼ੁਰਗਾਂ ਨੂੰ ਉਹਨਾਂ ਦੀ ਸੋਚ ਹੋ ਸਕਦੀ ਜਾਂ ਇੱਦਾਂ ਦੀ, ਜਾਂ ਘਰੋਂ ਵੀ ਪ੍ਰੈਸ਼ਰਾਈਜ਼ ਹੋ ਸਕਦਾ ਘਰ ਦੇ ਨੂੰਹ ਪੁੱਤ ਜਾਂ ਨੂੰਹ ਇਕੱਲੀ ਕਰਦੀ ਹੋਊ ਜਾਂ ਪੁੱਤ ਇਕੱਲਾ ਕਰਦਾ ਹੋਊ। ਕਈ ਜਗ੍ਹਾ ਨੂੰਹਾਂ ਬਹੁਤ ਚੰਗੀਆਂ ਨੇ, ਨੂੰਹਾਂ ਜ਼ਿਆਦਾ ਧਿਆਨ ਰੱਖਦੀਆਂ ਨੇ ਆਪਦੇ ਸੱਸ ਸਹੁਰੇ ਦਾ, ਅਤੇ ਪੁੱਤ ਜਿਹੜੇ ਨੇ ਉਹ ਥੋੜ੍ਹੇ ਜਿਹੇ ਕਸੂਤੇ ਜਿਹੇ ਹੋ ਜਾਂਦੇ ਕਈ ਜਗ੍ਹਾ, ਅਤੇ ਕਈ ਜਗ੍ਹਾ ਪੁੱਤ ਜਿਹੜੇ ਹੈਗੇ ਨੇ ਉਹ ਧਿਆਨ ਰੱਖਦੇ ਅਤੇ ਨੂੰਹਾਂ ਉਹਨਾਂ ਨੂੰ ਕਹਿੰਦੀਆਂ ਧਿਆਨ ਕਿਉਂ ਰੱਖਦੇ, ਇਹ ਸਾਰਾ ਕੁਛ ਰਲਿਆ ਮਿਲਿਆ ਜਿਹਾ ਹੁੰਗਾਰਾ ਹੁੰਦਾ। ਪਰ ਅਸੀਂ ਗੱਲ ਕਰਦੇ ਹਾਂ ਵੀ ਅਗਰ ਇਹੋ ਜਿਹਾ ਮਾਹੌਲ ਰੱਬ ਨਾ ਕਰੇ ਬਣ ਜੇ ਤਾਂ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜਾ ਫਿੱਕ ਜਿਹਾ ਪੈ ਰਿਹਾ, ਅਜੀਬ ਜਿਹੇ ਤਰੀਕੇ ਨਾਲ ਪੈ ਰਹੇ ਨੇ ਫਿੱਕ, ਵੀ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਇਹ ਅੱਜ ਗੱਲਾਂ ਪਤਾ ਤੁਹਾਡੇ ਨਾਲ ਚੱਲਦੀਆਂ, ਨੰਬਰ ਸਕਰੀਨ 'ਤੇ ਆ ਰਿਹਾ, ਡਾਇਲ ਕਰਕੇ ਤੁਸੀਂ ਆਪਣੀ ਦਿਲ ਦੀ ਗੱਲ ਜਿਹੜੀ ਦਿਲ ਦੇ ਵੱਲੋਂ ਲਿਆ, ਲੱਖਾਂ ਪੰਜਾਬੀ ਜਿਹੜੇ ਸੁਣਦੇ ਨੇ ਉਹਨਾਂ ਦੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਗੱਲਬਾਤ ਚੱਲ ਰਹੀ ਸਾਡੇ ਰਿਸ਼ਤਿਆਂ ਦੀ ਵੀ, ਜਿਹੜੇ ਰਿਸ਼ਤਿਆਂ 'ਚ ਫਿੱਕਾਂ ਪੈ ਰਹੀਆਂ ਨੇ, ਫਿੱਕ ਪੈ ਰਹੀਆਂ ਨੇ, ਬਹੁਤ ਸਾਰੇ ਰਿਸ਼ਤਿਆਂ 'ਚ ਬਿਨਾਂ ਵਜ੍ਹਾ ਬਿਨਾਂ ਕਾਰਨ ਫਿੱਕ ਪੈ ਰਹੀਆਂ ਨੇ। ਪਰ ਇਹ ਕਈ ਵਾਰੀ ਮਿਸਅੰਡਰਸਟੈਂਡਿੰਗ ਕ੍ਰੀਏਟ ਹੋ ਜਾਂਦੀ, ਖਾਸ ਤੌਰ 'ਤੇ ਅਸੀਂ ਅੱਜ ਗੱਲ ਕਰ ਰਹੇ ਰਿਸ਼ਤੇ ਦੀ, ਬਜ਼ੁਰਗਾਂ ਦੀ ਜਾਂ ਫਿਰ ਉਹਨਾਂ ਦੇ ਨੂੰਹ ਪੁੱਤ ਦੀ ਜਾਂ ਧੀ ਜਵਾਈ ਦੀ ਜਿਹਨਾਂ ਕੋਲ ਸਾਨੂੰ ਜਾਣਾ ਪੈਂਦਾ, ਰਹਿਣਾ ਪੈਂਦਾ। ਪਰ ਬਹੁਤ ਸਾਰੇ ਜਿਵੇਂ ਮੈਂ ਗੱਲ ਕੀਤੀ ਹੈ, ਹਰ ਤਰ੍ਹਾਂ ਦਾ ਮਾਹੌਲ ਹੁੰਦਾ, ਪਰ ਕੀ ਕਰਨਾ ਚਾਹੀਦਾ ਸਾਨੂੰ ਜਿਹਨਾਂ ਬਜ਼ੁਰਗਾਂ ਦੇ ਦਿਮਾਗ 'ਚ ਇਹ ਹੈ ਕਿ ਅਸੀਂ ਸਾਨੂੰ ਇੱਥੇ ਕੰਮ ਵਾਸਤੇ ਲਿਆਂਦਾ, ਉਹਨਾਂ ਵਾਸਤੇ ਉਹਨਾਂ ਨੂੰ ਕੀ ਸੋਚਣਾ ਚਾਹੀਦਾ? ਪ੍ਰੋਗਰਾਮ ਸਾਰੇ ਦੇਖਦੇ ਨੇ, ਅਤੇ ਜਿਨ੍ਹਾਂ ਦੇ ਨੂੰਹ ਪੁੱਤ ਦੇ ਜਾਂ ਧੀ ਜਵਾਈ ਦੇ ਦਿਮਾਗ ਦੇ ਵਿੱਚ ਇਹ ਵੀ ਲਿਆਂਦੇ ਹੀ ਇਸ ਵਾਸਤੇ ਆ, ਤੁਹਾਨੂੰ ਲਿਆਂਦਾ ਹੀ ਇਸ ਵਾਸਤੇ ਤੁਹਾਨੂੰ ਨਿਆਣੇ ਸਾਂਭੋ, ਤੁਸੀਂ ਉਹ ਕਰੋ, ਮਤਲਬ ਕਹਿਣ ਸੁਣਨ ਦਾ ਗੱਲ ਦਾ ਮੇਰਾ ਖਿਆਲ ਥੋੜ੍ਹਾ ਬਹੁਤ ਫਰਕ ਪੈ ਸਕਦਾ। ਕੀ ਗੱਲ ਹੋ ਸਕਦੀ ਕੀ ਨਹੀਂ, ਕੀ ਵਿਚਾਰ ਨੇ ਤੁਹਾਡੇ, ਕਾਲ ਲੈਣ ਤੁਹਾਡੀ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਕਰੋ ਜੀ ਗੱਲ। ਸਤਿ ਸ਼੍ਰੀ ਅਕਾਲ ਜੱਗੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਵਾਹ ਜੀ ਵਾਹ, ਅੱਜ ਦਾ ਮੁੱਦਾ ਇਹ ਹੈ ਵੀ ਬਜ਼ੁਰਗਾਂ ਨੂੰ ਕਾਹਤੇ ਲਿਆਉਂਦੇ ਤੁਸੀਂ ਇੰਡੀਆ 'ਚ ਆਪਣੇ ਇੱਥੇ? ਨਹੀਂ, ਬਜ਼ੁਰਗਾਂ ਨੂੰ ਲਿਆਉਂਦੇ ਹੈਗੇ ਨੇ, ਕੁਛ ਕੁ ਬਜ਼ੁਰਗਾਂ ਦਿਮਾਗ 'ਚ ਇਹ ਹੁੰਦੀ ਵੀ ਸਾਨੂੰ ਇਹਨਾਂ ਦੀ ਜ਼ਰੂਰਤ ਸੀ, ਨਿਆਣੇ ਸਾਂਭਣੇ ਸੀ ਕਰਕੇ ਲਏ ਆ। ਨਹੀਂ ਨਹੀਂ, ਇੱਕ ਤੁਸੀਂ ਬਜ਼ੁਰਗ ਦੀ ਗੱਲ ਕਰਦੇ ਆ ਜੱਗੀ ਸਾਹਿਬ, ਬਜ਼ੁਰਗ ਹਾਂਜੀ ਕੈਨੇਡਾ ਦੀ, ਉਹ ਕਹਿੰਦਾ ਵੀ ਮੈਂ 4 ਸਾਲ ਰੱਖਿਆ, ਮੈਨੂੰ ਮੁੰਡਾ 4 ਸਾਲ ਦਾ ਹੋ ਗਿਆ, ਮੈਨੂੰ ਵਾਪਸ ਭੇਜਿਆ, ਕਹਿਣ ਵਾਪਸ ਭੇਜਿਆ, ਉਹ ਆਪੇ ਚਲੇ ਗਿਆ ਕਿ ਮੈਂ ਆਪਣੇ ਪੁੱਤ ਨੇ ਭੇਜਿਆ ਉਹਨੂੰ? ਉਹ ਕਹਿੰਦਾ 4 ਸਾਲ ਬਾਅਦ ਮੈਂ ਆਇਆ, ਇੰਨੀ ਇਹ ਮਤਲਬ ਜ਼ਿਆਦਾ ਕਲੀਅਰ ਨਹੀਂ ਹੈ, ਵੈਸੇ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਪੁੱਤ ਨੇ ਭੇਜਿਆ। ਮੈਂ ਇਹ ਉਹਨੂੰ ਪੁੱਛੇ ਵੀ 4 ਸਾਲ ਤੋਂ ਬਾਅਦ ਮੁੰਡਾ ਜੌਬ ਤੇ ਲੱਗ ਗਿਆ ਸੀ, ਹੋਰ ਰਹਿ ਲੈਂਦਾ ਆਪੇ ਗਿਆ ਹੁਣ ਉਹ? ਹਾਂ ਨਹੀਂ, ਮਤਲਬ ਉਹਦੇ ਦਿਮਾਗ ਦੇ ਵਿੱਚ ਇਹੋ ਜਿਹੀ ਕੀ ਚੀਜ਼ ਅਸੀਂ ਹੈਗੀ ਵੀ ਜਿਹੜੀ ਦਿਮਾਗ 'ਚੋਂ ਕੱਢੀਏ, ਕਿਉਂਕਿ 4 ਸਾਲ ਬਾਅਦ ਤਾਂ ਸਕੂਲ ਤੋਂ ਸਕੂਲੇ ਜਾਣ ਲੱਗ ਪਿਆ, ਉਹ ਸਕੂਲ ਤੋਂ ਬਾਅਦ ਫਿਰ ਸਾਹਮਣਾ ਪੈਂਦਾ।
ਏਦਾਂ ਦੇ ਬਜ਼ੁਰਗ ਬਹੁਤ ਹੈ ਜਿਹੜੇ ਨੁਕਤਾਚੀਨੀ ਕਰਦੇ ਆ ਘਰ ਦੇ ਵਿੱਚ, ਪਿਛਲੀਆਂ ਭਾਲਦੇ ਆ ਜਿਹੜਾ ਇੰਡੀਆ ਚ ਕਰਦੇ ਹੁੰਦੇ ਸੀ ਨਾ, ਆਪਣੇ ਨੌ ਪੁੱਤ ਨੂੰ ਚਲਾਉਣਾ, ਉਹ ਹੀ ਇੱਥੇ ਆ ਕੇ ਭਾਲਦੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਥੋੜਾ ਜਿਹਾ ਬਜ਼ੁਰਗਾਂ ਨੂੰ ਵੀ ਸੋਚਣਾ ਚਾਹੀਦਾ ਵੀ ਉਹ ਅਗਰ ਸੋਚਣਾ ਚਾਹੀਦਾ ਤੇ ਜਿਹੜੇ ਮੇਰਾ ਪੁੱਤ ਵੀ ਆ, ਨੂੰਹ ਵੀ ਆ, ਕੰਮਾਂ ਤੇ ਜਾਂਦੇ ਆ, ਨਿਆਣੇ ਵੀ ਸਾਹਮਣੇ ਆ ਕੇ ਰੋਟੀ ਪਾਣੀ ਦਾ ਵੀ ਕਰਦੇ ਆ, ਤੈਨੂੰ ਇੰਨਾ ਥੋੜਾ ਬੈਠੇ ਬਿਠਾਏ ਰੋਟੀ ਮਿਲਦੀ ਆ ਜੀ। ਬਿਲਕੁਲ ਬਿਲਕੁਲ, ਸੋ ਜਿਹਨਾਂ ਦੇ ਦਿਮਾਗ 'ਚ ਇਹ ਚੀਜ਼ ਹੈਗੀ ਉਹਨਾਂ ਨੂੰ ਕੱਢਣੀ ਪਏਗੀ ਬਜ਼ੁਰਗਾਂ ਨੂੰ, ਤਾਂ ਬਿਲਕੁਲ ਕੱਢਣੀ ਪੈਣਗੇ, ਆਪਣੇ ਉਹ ਹੀ ਭਾ ਪਿਛਲੀਆਂ ਆ ਕੇ ਚਲਾਉਂਦੇ ਆ ਹਕੂਮਤਾਂ, ਸਾਡੇ ਰਿਸ਼ਤੇ ਤਾਂ ਹੀ ਵਧੀਆ ਰਹਿ ਸਕਦੇ ਆ। ਬਿਲਕੁਲ ਜੀ ਬਿਲਕੁਲ, ਨੂੰ ਵੀ ਚਾਹੀਦਾ ਵੀ ਚਲੋ ਰਿਸਪੈਕਟ ਭਾਲਦੇ ਨਹੀਂ, ਹੁਣ ਮੁੰਡਾ ਤਾਂ ਉਹਦੇ ਚਲੋ ਕਹਿ ਨਹੀਂ ਸਕਦਾ ਕੁਛ, ਜ਼ਿਆਦਾ ਡਿਪੈਂਡ ਹੁੰਦਾ ਨੌ ਤੇ ਜੀ, ਨੌ ਵੀ ਇੱਦਾਂ ਖਿੱਚ ਜਾਂਦੀ ਹਰ ਵੇਲੇ ਕੁੜਕੁੜ ਕਰੀ ਜਾਣੀ ਨਾ। ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਸੋ ਦੋਨੋਂ ਪੱਖੀ ਜਿਹੜੇ ਹੈਗੇ ਨੇ ਦੋਹਾਂ ਪੱਖਾਂ ਨੂੰ ਬਿਲਕੁਲ ਵੇਖਦੇ ਆ ਤਾਂ ਬੜੇ ਹਿਸਾਬ ਨਾਲ ਰਹਿਣਾ ਪੈਂਦਾ ਇੱਥੇ ਆ ਕੇ ਜੀ। ਬਿਲਕੁਲ ਬਿਲਕੁਲ, ਮਤਲਬ ਅਗਰ ਅਸੀਂ ਇਦਾਂ ਸੋਚਣ ਲੱਗ ਜਾਈਏ ਵੀ ਮੈਂ ਉਹਨੂੰ ਪਾਲਿਆ ਤੇ ਉਹਨੂੰ ਇਹ ਕਰਿਆ ਉਹ ਕਰਿਆ, ਫਿਰ ਮੈਂ ਆ ਕੀਤਾ ਇੱਕ ਹੀ ਆਸਾਨ ਕੀਤਾ ਹੁਣ ਹੈ ਤੇ ਉਹ ਤੇਰਾ ਪੋਤਾ ਆ ਤੇ ਪਾਲ ਦਿੱਤਾ ਕਿ ਲੋੜਾ ਆ ਗਿਆ। ਬਿਲਕੁਲ 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 ਸਹੀ ਗੱਲ ਹੈ ਜੀ, ਸੋ ਜਿਨ੍ਹਾਂ ਦੇ ਵੀ ਇਹੋ ਜਿਹੀ ਗੱਲ ਦਿਮਾਗ 'ਚ ਹੈਗੀ ਆ, ਪ੍ਰੋਗਰਾਮ ਸਾਡੇ ਸਾਰੇ ਦੇਖਦੇ ਨੇ ਪੰਜਾਬੀ, ਤੇ ਜ਼ਰੂਰ ਇਹ ਗੱਲ ਦਿਮਾਗ 'ਚੋਂ ਕੱਢ ਦੇਣੀ ਚਾਹੀਦੀ ਹੈ, ਇਹ ਤਾਂ ਬਹੁਤ ਗਲਤ ਕਹਿਣ ਬੋਲਦੇ ਆ ਜਿਹੜੇ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲਦੇ? ਹਾਂਜੀ ਭਾਜੀ, ਮੈਂ ਮਨਜੀਤ ਬੋਲਦੀ ਹਾਂ ਕੈਲੀਫੋਰਨੀਆ ਤੋਂ। ਭਾਜੀ ਉਹ ਵੀਡੀਓ ਅਸੀਂ ਵੀ ਦੇਖੀ ਆ, ਕੀ ਲੱਗਦਾ ਪਾਈ ਹੋ ਕਿਸੇ ਨੇ? ਹਾਂਜੀ, ਤੇ ਉਹ ਹੈਗੀ ਵੀ ਕੈਲੀਫੋਰਨੀਆ ਦੀ ਹੋਈ ਆ, ਕੈਨੇਡਾ ਦੀ ਕਹਿ ਰਹੇ ਸੀ ਯਾਰ, ਬਾਪੂ ਤੂੰ ਕਿੱਥੇ ਰਹਿ ਕੇ ਆਇਆ? ਕਹਿੰਦਾ ਅਮਰੀਕਾ ਚ ਕੈਲੀਫੋਰਨੀਆ। ਅੱਛਾ ਅੱਛਾ, ਉਹ ਫੇਰ ਰੋਣਾ, ਮੈਂ ਕੈਨੇਡਾ ਵਾਲੀ ਦੇਖੀ। ਹਾਂਜੀ ਤੇ ਹਾਂਜੀ, ਤੇ ਉਹ ਵੀ ਇਦਾਂ ਕਹਿੰਦਾ ਕਿ ਮੈਂ 4 ਸਾਲ ਬੇਬੀ ਦੀ ਟੇਕ ਕੇਅਰ ਕੀਤੀ ਆ, ਤੇ ਰੋਟੀ ਵੀ ਖਾਂਦੇ ਸੀ ਕਿ ਮੈਨੂੰ 2 ਪੀਸ ਮੀਟ ਦੇ ਪਾ ਕੇ ਦਿੰਦੇ ਸੀ ਤੇ ਬਾਕੀ ਪਾਣੀ ਨਾਲ ਭਰ ਦਿੰਦੇ ਸੀ, ਏਦਾਂ ਕੁਛ ਗਿਆ। ਇਦਾਂ ਦਾ ਤਾਂ ਨਹੀਂ ਇੱਧਰ ਹੈਗਾ ਜੀ, ਏਦਾਂ ਦੀ ਇੱਧਰ ਕੋਈ ਪ੍ਰੋਬਲਮ ਨਹੀਂ ਖਾਣ ਪੀਣ ਦੀ, ਮੀਟ ਸਗੋਂ ਸਸਤਾ ਪੈਂਦਾ ਸਬਜ਼ੀਆਂ ਨੂੰ। ਹਾਂਜੀ ਹਾਂਜੀ, ਤੇ ਬਾਕੀ ਭਾਜੀ ਮੈਂ ਤੇ ਇਹੀ ਗੱਲ ਕਹੂੰਗੀ ਵੀ ਚਲੋ ਬਜ਼ੁਰਗ ਆਏ ਸੀ, ਜਾਂ ਉਹਦੀ ਧੀ ਸੀ ਜਾਂ ਉਹਦਾ ਪੁੱਤ ਸੀ, ਹਨਾ ਜੀ, ਵੀ ਜੇ ਉਹਨੇ ਕਰ ਵੀ ਦਿੱਤਾ ਤੇ ਕੋਈ ਵੱਡੀ ਗੱਲ ਨੀ ਹੈਗੀ। ਮਤਲਬ ਦੂਜੀ ਗੱਲ ਮੈਂ ਇਹ ਵੀ ਕਹੂੰਗੀ ਕਿ ਸਾਡਾ ਵੀ ਫਰਜ਼ ਬਣਦਾ, ਜੇ ਸਿਆਣੇ ਸਾਡੇ ਕੋਲ ਸਾਡਾ ਰਿਸਪੈਕਟ ਕਰਨ, ਉਹਨਾਂ ਦਾ ਫਰਜ਼ ਬਣਦਾ, ਜੇ ਉਹਨਾਂ ਨੇ ਸਾਡੇ ਬੱਚੇ ਟੇਕ ਕੇਅਰ ਕੀਤੀ ਆ ਤੇ ਸਾਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਹਾਂਜੀ ਹਾਂਜੀ, ਐਪਰੀਸ਼ੀਏਟ ਕਰਨਾ ਚਾਹੀਦਾ। ਬਸ ਮੈਂ ਤੇ ਇਹੀ ਗੱਲ ਕਹੂੰਗੀ ਕਿਉਂਕਿ ਹੁਣ ਦੇਖੋ ਸਾਡੇ ਮਾਪੇ ਨੇ ਸਾਨੂੰ ਪਹਿਲਾਂ ਪਾਲਿਆ, ਠੀਕ ਹੈ ਜੀ, ਹੁਣ ਸਾਡੇ ਪੋਤੇ ਪੋਤੀਆਂ ਨੂੰ ਪਾਲਣ ਇਜ਼ ਹਾਰਡ, ਉਹਨਾਂ ਲਈ ਵੀ ਔਖਾ ਆ, ਪਰ ਜੇ ਹੁਣ ਉਹ ਬਜ਼ੁਰਗ ਇੰਨੀ ਗੱਲ ਕਹਿ ਰਹੇ, ਉਹਦਾ ਮਨ ਕਿਸੇ ਗੱਲੋਂ ਦੁਖੀ ਹੋਇਆ ਤਾਂ ਹੀ ਕਹਿ ਰਿਹਾ ਹੋਏਗਾ, ਕੋਈ ਨਾ ਕੋਈ ਹੋਏਗਾ। ਨਹੀਂ ਇੱਕ ਕਹੀ ਨਾ ਜੀ, ਸਾਡੇ ਅਸੀਂ ਵੀ ਚਾਹੇ ਹਰ ਬੰਦੇ ਦੇ ਦਿਮਾਗ 'ਚ ਨਾ ਕਈ ਵਾਰੀ ਇੱਕ ਈਗੋ ਪ੍ਰੋਬਲਮ ਆ ਜਾਂਦੀ ਹੈ ਕਿ ਮੈਂ ਉੱਥੇ ਤਾਂ ਆਹ ਸੀ, ਮੇਰਾ ਤਾਂ ਉੱਥੇ ਆਹ ਸੀ, 20 ਬੰਦਾ 100 ਬੰਦਾ ਰੋਜ਼ ਸਲੂਟ ਮਾਰਦਾ ਸੀਗਾ, ਇੱਥੇ ਮੈਂ ਆਹ ਕਿਹੜੇ ਕੰਮ ਲੱਗਿਆ, ਕਈ ਵਾਰ ਦਿਮਾਗ 'ਚ ਆ ਜਾਂਦੀ ਗੱਲ ਅਤੇ ਦਿਮਾਗ ਦੇ ਵਿੱਚ ਘਰ ਘਰ ਜਾਂਦੀ ਹੈ, ਉਹਨੂੰ ਕੱਢਣ ਦੀ ਲੋੜ ਹੈ। ਉਹ ਕੱਢਣ ਦੀ ਲੋੜ ਹੈ, ਹੋਈ ਕੋਈ ਗੱਲ ਨਹੀਂ ਹੈਗੀ, ਮਤਲਬ ਹੁਣ ਇੱਥੇ ਤਾਂ ਕੰਮਾਂ ਦੇ ਸਾਰੇ ਜਾਂਦੇ ਆ, ਬਜ਼ੁਰਗਾਂ ਨੂੰ ਵੀ ਚਾਹੀਦਾ ਜੇ ਹੁਣ ਸਾਡੀ ਏਜ ਦੇ ਆ ਤਾਂ ਅਸੀਂ ਉਹਨੂੰ ਕੰਮ ਦਿੰਦੇ, ਸਾਨੂੰ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਸਾਡੇ ਲਈ ਮਤਲਬ ਕੁਛ ਕਰਕੇ ਰੱਖਦੇ ਆ, ਐਪਰੀਸ਼ੀਏਟ ਕਰਨਾ ਚਾਹੀਦਾ। ਮਤਲਬ ਕਿ ਜੇ ਉਹਨਾਂ ਦਾ ਦਿਲ ਕਿਸੇ ਗੱਲੋਂ ਦੁਖੀ ਤਾਂ ਹੋਇਆ ਬਜ਼ੁਰਗਾਂ ਦਾ ਕਿਸੇ ਕਿਸੇ ਗੱਲੋਂ, ਜਿਹੜੇ ਕਰਕੇ ਉਹਨਾਂ ਨੂੰ ਇੰਨਾ ਹਿਰਖ ਆਇਆ, ਉਹਨਾਂ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ ਨਾ ਜੀ ਜੀ ਜੀ। ਤੇ ਮਤਲਬ ਚਲ ਸਾਰੇ ਬਜ਼ੁਰਗਾਂ ਨੂੰ ਨਹੀਂ ਸੋਚਣਾ ਚਾਹੀਦਾ ਕਿ ਜੇ ਆਪਣੇ ਧੀਆਂ ਪੁੱਤਾਂ ਕੋਲ ਨਹੀਂ ਜਾਣਾ, ਜੇ ਧੀਆਂ ਪੁੱਤਾਂ ਕੋਲ ਨਹੀਂ ਜਾਣਾ ਤੇ ਫਿਰ ਕਿੱਥੇ ਜਾਣਗੇ ਫਿਰ ਉਹ, ਹੈ ਨਾ, ਕਿੱਥੇ ਜਾਣਾ ਫਿਰ ਉਹਨਾਂ ਨੇ? ਇੱਕ ਤਾਂ ਵੈਸੇ ਇੱਕ ਇੱਕ ਦੋ ਦੋ ਬੱਚੇ ਨੇ ਮਸੀਂ ਸਰਫੇ ਦੇ। ਹਾਂਜੀ ਹਾਂਜੀ, ਤਾਂ ਹੈਲਪ ਕਰਨੀ ਚਾਹੀਦੀ। ਮੈਂ ਤਾਂ ਇਹੀ ਸੋਚੂਗੀ ਕਿ ਜੇ ਬੱਚੇ ਤੁਹਾਡੇ ਨੇਕ ਆ ਨਾ, ਉਹਨਾਂ ਦੀ ਸਾਨੂੰ ਹੈਲਪ ਕਰਨੀ ਚਾਹੀਦੀ ਆ। ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ ਭੈਣ ਜੀ, ਲਿਸਨ ਕਰਦੇ ਆ। ਹਾਂਜੀ, ਨਹੀਂ ਤਾਂ ਫਿਰ ਕੋਈ ਲੋੜ ਨਹੀਂ ਹੈਲਪ ਕਰਨ ਦੀ, ਜੇ ਤੁਹਾਨੂੰ ਨਹੀਂ ਰਿਸਪੈਕਟ ਕਰਦੇ ਫਿਰ ਉਹਨਾਂ ਦੀ ਹੈਲਪ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜੀ ਬਿਲਕੁਲ, ਬਹੁਤ ਮਿਹਰਬਾਨੀ ਭੈਣ ਜੀ, ਬਹੁਤ ਮਿਹਰਬਾਨੀ। ਓਕੇ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਓਵਰਆਲ ਫਿਰ ਉਹੀ ਗੱਲ ਆ ਗਈ ਮੁੜ ਕੇ ਵੀ ਦੋਨੇ ਪਾਸੇ ਹੀ ਆ, ਵੀ ਤਾੜੀ ਦੋਹਾਂ ਹੱਥਾਂ ਨਹੀਂ ਵੱਜਦੀ ਹੈ, ਕਿਤੇ ਨਾ ਕਿਤੇ ਕੁਛ ਨਾ ਕੁਛ ਐਸਾ ਹੋਇਆ ਹੋਏਗਾ ਜਿਹੜਾ ਬਜ਼ੁਰਗ ਦੇ ਦਿਲ ਦੇ ਵਿੱਚ ਇਹ ਨਾਲੇ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਵੀ ਵਿਆਜ ਨੂੰ ਵੀ ਉਹਨੂੰ ਇਹੋ ਜਿਹੇ ਸ਼ਬਦ ਵਰਤਣੇ ਪਏ, ਪਰ ਫਿਰ ਵੀ ਮੈਂ ਇਹ ਸੋਚਦਾ ਵੀ ਇੱਕ ਦਿਮਾਗ ਦੇ ਵਿੱਚ ਜਿਹੜੀ ਚੀਜ਼ ਬੈਠ ਜਾਂਦੀ ਬਿਨਾਂ ਵਜ੍ਹਾ, ਉਹਨੂੰ ਕੱਢਣ ਦੀ ਲੋੜ ਹੈ, ਚਾਹੇ ਉਹ ਨੂੰਹ ਪੁੱਤ ਅਤੇ ਚਾਹੇ ਅਸੀਂ ਕੋਈ ਬਜ਼ੁਰਗ ਹੈਗੇ ਆ, ਦੋਹਾਂ ਦੇ ਦਿਮਾਗ 'ਚ ਇਹ ਚੀਜ਼ ਕੋਈ ਨਾ ਕੋਈ ਬੈਠ ਸਕਦੀ ਹੈ, ਉਹਨੂੰ ਕੱਢਣ ਦੀ ਲੋੜ ਹੈ, ਕੋਈ ਗਲਤ ਫਹਿਮੀ ਹੋ ਸਕਦੀ ਉਹਨੂੰ ਖਤਮ ਕਰਨ ਦੀ ਲੋੜ ਹੈ, ਤਾਂ ਹੀ ਜਿਹੜੇ ਸਾਡੇ ਰਿਸ਼ਤੇ ਨੇ ਅੱਗੇ ਲੰਬਾ ਸਮਾਂ ਮੇਰੇ ਹਿਸਾਬ ਨਾਲ ਚੱਲ ਸਕਦੇ। ਬਾਕੀ ਤੁਸੀਂ ਸਿਆਣੇ ਉਹ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ।
ਜੀ ਬ੍ਰੇਕ ਤੋਂ ਬਾਅਦ ਆਖਰੀ ਸਮਾਂ, ਕਾਲਾਂ ਤੁਹਾਡੀਆਂ ਲਾਈਨਾਂ ਕਾਫੀ ਫਲੈਸ਼ ਕਰ ਰਹੀਆਂ ਨੇ, ਕਾਲ ਹੋਰ ਨਹੀਂ ਲੈ ਹੋਣੀ, ਪਰ ਮੈਂ ਜ਼ਰੂਰ ਗੱਲ ਜਿਹੜੀ ਕਹਿਣੀ ਚਾਹੁੰਦਾ ਅਖੀਰ 'ਤੇ, ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਸਾਡੇ ਜਿਹੜੇ ਰਿਸ਼ਤੇ ਹੈਗੇ ਨੇ, ਚਾਹੇ ਉਹਦੇ 'ਚ ਕਿਸੇ ਦਾ ਵੀ ਕਸੂਰ ਆ, ਬਜ਼ੁਰਗਾਂ ਦਾ ਕਸੂਰ ਆ, ਨੌਂ ਪੁੱਤ ਦਾ ਕਸੂਰ ਆ, ਵੈਸੇ ਧੀਆਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਧੀਆਂ ਦੀ ਇਹ ਚੀਜ਼ ਬਹੁਤ ਘੱਟ ਦੇਖਣ ਸੁਣਨ ਨੂੰ ਮਿਲੇਗੀ, ਅਗਰ ਮਿਲੀ ਵੀ ਹੈ ਤਾਂ ਜ਼ਿਆਦਾਤਰ ਕੋਈ 2-4% ਹੋ ਸਕਦਾ ਧੀਆਂ ਵੱਲੋਂ ਵੀ ਇਹੋ ਜਿਹਾ ਹੋ, ਪਰ ਧੀਆਂ ਦੇ ਕੇਸ ਦੇ ਵਿੱਚ ਇਹੋ ਜਿਹੀ ਗੱਲ ਸੁਣਨ ਨੂੰ ਨਹੀਂ ਮਿਲਦੀ, ਪੁੱਤਾਂ ਦੇ ਕੇਸ ਦੇ ਵਿੱਚ ਇਹ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ, ਦੇਖਣ ਨੂੰ ਮਿਲਦੀਆਂ ਨੇ, ਪੁੱਤਾਂ ਦੀ ਮਜਬੂਰੀ ਵੀ ਹੋ ਜਾਂਦੀ ਹੈ, ਉਹ ਵੀ ਇੱਕ ਕਿਸਮ ਦੀ, ਹੁਣ ਜੋ ਦੋ ਧਾਰੀ ਤਲਵਾਰ 'ਤੇ ਪਏ ਨੇ, ਪਾਸਾ ਇੱਧਰ ਨੂੰ ਲਿਆ ਤਾਂ ਵੀ ਉਹਨੇ ਵੱਢਿਆ ਜਾਣਾ, ਇੱਧਰ ਨੂੰ ਲਿਆ ਤਾਂ ਵੀ ਉਹਨੇ ਵੱਢਿਆ ਜਾਣਾ, ਤਾਂ ਕਈ ਵਾਰੀ ਮਜਬੂਰੀ ਹੋ ਜਾਂਦੀ, ਕਈ ਮਜਬੂਰੀ ਜਿਹੜੀ ਹੈ ਕਈ ਹਿਸਾਬ ਦੇ ਨਾਲ ਸਾਂਭ ਲੈਂਦੇ ਨੇ ਗੱਲਬਾਤ ਨੂੰ, ਸਾਰ ਨੇ ਟੈਕਲ ਕਰ ਲੈਂਦੇ ਨੇ, ਪਰ ਕਈ ਜਿਹੜੇ ਹੈਗੇ ਨੇ ਉਹ ਫਿਰ ਗੱਲ ਜਦੋਂ ਬਹੁਤ ਵੱਧ ਜਾਂਦੀ ਹੈ ਤਾਂ ਉਦੋਂ ਬਾਅਦ ਉਹਦਾ ਅੰਤ ਜਿਹੜਾ ਇਹ ਹੁੰਦਾ ਕਿ ਤੁਸੀਂ ਕਿੱਥੇ ਅਤੇ ਮੈਂ ਕਿੱਥੇ, ਮੁੜ ਕੇ ਮੇਲ ਮਿਲਾਪ ਜਿਹੜਾ ਪਰਿਵਾਰਾਂ ਦੇ ਵਿੱਚ ਬਿਲਕੁਲ ਬੰਦ ਹੋ ਜਾਂਦਾ, ਇਸ ਚੀਜ਼ ਤੋਂ ਬਚਣਾ ਚਾਹੀਦਾ, ਇਸ ਚੀਜ਼ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਸੋ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ ਤੁਹਾਡੇ ਕੋਲ 209-450-3362। ਕਾਲ ਕਰਕੇ ਕੋਈ ਜਾਣਕਾਰੀ ਲੈਣੀ ਹੈ, ਜਾਣਕਾਰੀ ਦੇਣੀ ਹੈ ਤਾਂ ਕਾਲ ਕਰ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ।